ਜੀਵਨ ਨਿਮਰਤ ਨੇ ਦਿਲਜੀਤ ਦੋਸਾਂਝ ਦੇ ਨਾਲ ਕੰਮ ਕੀਤਾ ਗਿੱਪੀ ਗਰੇਵਾਲ ਦੇ ਨਾਲ ਕੰਮ ਕੀਤਾ ਅਤਰਸੇਮ ਜੱਸੜ ਬਾਈ ਦੇ ਨਾਲ ਕੰਮ ਕੀਤਾ ਜਾਂ ਹੋਰ ਵੀ ਬਹੁਤ ਸਾਰੇ ਤੁਸੀਂ ਉਹਨਾਂ ਦੀ ਕਿਹੜੀ ਚੀਜ਼ ਚੋਰੀ ਕਰਨਾ ਚਾਹੋਗੇ ਕਿ ਉਹ ਚੀਜ਼ ਮੇਰੇ ਕੋਲ ਆ ਜਾਵੇ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਦਿਲਜੀਤ ਦੋਸਾਂਝ ਸੈਂਸ ਆਫ ਹਿਊਮਰ ਠੀਕ ਹੈ ਜੀ ਗਿੱਪੀ ਗਰੇਵਾਲ ਗਿੱਪੀ ਬਾਈ ਲਗਾ ਲਓ ਹਿਊਮੈਨਿਟੀ ਤੇ ਦੂਜੀ ਚੀਜ਼ ਲਗਾ ਲੂੰ ਨਿੰਮ ਕੇ ਰਹਿਣਾ ਤੁਸੀਂ ਮੈਨੂੰ ਲੱਗਦਾ ਇੱਕ ਇੰਟਰਵਿਊ ਕਿਹਾ ਸੀ ਉਹਨਾਂ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ بڑے ਹੋ ਕੇ ਕਿਹੜੀ ਐਕਟਰਸ ਦੇ ਨਾਲ ਰੋਮਾਂਸ ਕਰਨਾ ਚਾਹੋ ਤੁਸੀਂ ਕਿ ਤਾਨੀਆਂ ਦੀਦੀ ਉਹ ਗਲਤੀ ਨਾਲ ਨਿਕਲ ਗਿਆ ਸੀ ਉਹ ਬਸ ਬੋਲਿਆ ਗਿਆ ਕਿਉਂਕਿ ਜਦ ਮਿਲੇ ਮਿਲ ਰਹੇ ਸੀ ਤਾਂ ਮੈਂ ਇੱਕ ਅੱਧੀ ਵਾਰ ਹੀ ਮਿਲੇ ਹਾਂ ਕੁਝ ਪ੍ਰੋਮੋਸ਼ਨ ਵਾਸਤੇ ਤਾਂ ਉਧਰ ਤਾਨਿਆ ਦੀਦੀ ਹੀ ਕਿਹਾ ਸੀ ਤਾਂ ਫਿਰ ਉਹ ਪੈਜਾਮ ਨਿਕਲ ਗਿਆ ਅੱਛਾ ਇੰਡਸਟਰੀ 'ਚ ਕੋਈ ਐਦਾਂ ਦਾ ਐਕਟਰ ਐਕਟ्रेस ਹੈ ਜਿਹਨੂੰ ਨਿਮਰਤ ਨੂੰ ਡਰ ਲੱਗਦਾ ਉਹਨਾਂ ਦੇ ਬਾਰੇ ਗੱਲ ਕਰੀਏ ਤਾਂ ਉਹਨਾਂ ਨਾਲ ਦੋ ਫਿਲਮਾਂ ਕੀਤੀਆਂ ਇੱਕ ਮਾਂ ਕੀਤੀ ਹੈ ਰੱਬ ਦਾ ਰੇਡੀਓ ਕੀਤੀ ਹੈ ਰੱਬ ਦਾ ਰੇਡੀਓ ਦੇ ਟਾਈਮ ਤੇ ਵੀ ਥੋੜਾ ਡਰ ਲੱਗਿਆ ਸੀਗਾ ਮਤਲਬ ਉਹੀ ਸ਼ਹਿਰ ਐਵੇਂ ਦੇ ਜਿੰਨਾ ਤੋਂ ਹਲੇ ਵੀ ਡਰ ਲੱਗਦਾ ਥੋੜਾ ਬਹੁਤ ਤੇ ਉਹਨਾਂ ਤੋਂ ਥੋੜਾ ਡਰ ਹਲੇ ਵੀ ਲੱਗਦਾ ਮੇਰੇ ਖਿਆਲ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਮੋਸਟ ਆਫ ਦਾ ਐਕਟਰ ਨੂੰ ਹਲੇ ਵੀ ਉਹਨਾਂ ਤੋਂ ਡਰ ਲੱਗਦਾ ਹੋਊਗਾ ਬੜੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਆ ਸੱਜਣ ਸਿੰਘ ਰੰਗਰੂਟ ਅਰਦਾਸ ਕਰਾਂ ਮਾਂ ਮੇਰਾ ਬਾਬਾ ਨਾਨਕ ਹੋਰ ਕਿੰਨੀਆਂ ਹੀ ਫਿਲਮਾਂ ਜਿਨ੍ਹਾਂ ਦੇ ਨਾਮ ਲੰਦੇ ਮੈਨੂੰ ਲੱਗਦਾ ਕਾਫੀ ਸਮਾਂ ਬੀਤ ਜਾਊਗਾ ਲੱਗੇ ਹੋਏ ਆ ਬਸ ਆਹੀ ਹੈ ਕਿ ਆਪਣੇ ਲੋਕਾਂ ਨੂੰ ਲਗਾ ਲੋ ਦਰਸ਼ਕਾਂ ਨੂੰ ਕੁਝ ਚੰਗਾ ਸਿਨੇਮਾ ਦੇਣ ਦੀ ਹਮ ਹਲ ਤਾਂ ਸ਼ੁਰੂਆਤ ਕੀਤੀ ਹੈ ਫਿਲਮਾਂ ਦੇ ਵਿੱਚ ਛੋਟੇ ਛੋਟੇ ਕਿਰਦਾਰ ਜਿਵੇਂ ਪਿੱਛੇ ਫਿਲਮ ਕੀਤੀ ਸੀ ਮੈ ਜੋਗੀ ਉਹਦੇ ਵਿੱਚ ਪੰਜਾਬ 1984 ਦੀ ਕਹਾਣੀ ਹੈ ਤਾਂ ਦਿਲੀਵੀ ਸਟੋਰੀ ਦੇ ਵਿੱਚ ਮੈਂ ਦਲਜੀਤ ਭਾਈ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਸਰ ਤਾਂ ਕਿਤਾ ਕਿਸ ਨੇ ਜਿਵੇਂ ਆਪਾਂ ਨੋਰਮਲ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਬੱਚਿਆਂ ਨੂੰ ਥੋੜਾ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਕਦੇ ਕਿਸੇ ਨੇ ਤੰਗ ਕਰਨ ਦੀ ਕੋਸ਼ਿਸ਼ ਕੀਤੀ? ਐ ਉਂਝ ਕਦੇ ਤੰਗ ਤਾਂ ਨਹੀਂ ਕੀਤਾ ਕਿਉਂਕਿ ਬੱਚਿਆਂ ਦੇ ਨਾਲ ਜਿਹੜਾ ਟ੍ਰੀਟ ਹੁੰਦਾ ਨਾ ਉਹ ਸਭ ਤੋਂ ਬੈਸਟ ਟ੍ਰੀਟਮੈਂਟ ਹੁੰਦਾ ਹੈ। ਬਿਲਕੁਲ। ਇੱਕ ਬੱਚਿਆਂ ਦੇ ਨਾਲ ਤੇ ਇੱਕ ਜਿਹੜਾ ਬਹੁਤ ਵੱਡਾ ਸੁਪਰਸਟਾਰ ਹੁੰਦਾ ਹੈ। ਹੂੰ। ਤੇ ਕਿਉਂਕਿ ਬੱਚਿਆਂ ਨੂੰ ਮਨਾਈ ਰੱਖਣਾ ਜਿਹੜੀ ਚੀਜ਼ ਕਹਿਣੀ ਉਹ ਸਾਹਮਣੇ ਮਿਲ ਜਾਣੀ ਤਾਂ ਉਹ ਟ੍ਰੀਟਮੈਂਟ ਬਹੁਤ ਬੈਸਟ ਹੁੰਦਾ ਹੈ। ਲਗਾ ਲੋ ਖਲੇ ਵੀ ਅੰਦਰੋਂ ਵੇਟ ਰਹਿੰਦੀ ਹੈ ਯਾਰ ਕੋਈ ਫਿਲਮ ਆਏ ਤੇ ਨਿਕਲੀ ਹੈ ਤੁਸੀਂ ਕਦੇ ਤੰਗ ਕੀਤਾ ਕਿਸੇ ਨੂੰ ਕਦੇ ਕਿਸੇ ਨਾਲ ਕੋਈ ਸ਼ਰਾਰਤ ਕੀਤੀ ਸ਼ਰਾਰਤ ਜਿਵੇਂ ਦਿਲਨੂਰ ਸੀ ਉਸ ਟਾਈਮ ਤੇ ਮੇਰੇ ਨਾਲ ਤੇ ਕਾਫੀ ਕੁਝ ਆ ਸਾਡੀ ਲੜਾਈ ਬਹੁਤ ਹੁੰਦੀ ਸੀ ਆਪਸ ਦੇ ਵਿੱਚ ਅੱਛਾ ਜੀ ਤਾਂ ਬਹੁਤ ਲੜਿਆ ਆਪਾਂ ਉਦੋਂ ਜਿਵੇਂ ਸਪੋਜ਼ ਕਰੂ ਕੁਝ ਦਿਨ ਉਹਦਾ ਵਿੱਚ ਆਫ ਸੀਗਾ ਤਾਂ ਤਿੰਨ ਚਾਰ ਦਿਨ ਆਫ ਸੀ ਮੈਨੂੰ ਐ ਹੁੰਦਾ ਸੀ ਮੈਂ ਲੜਾਈ ਕੀ ਇਹਨਾਂ ਕਰਾਂ ਅੱਛਾ ਲਾਸਟ ਟਾਈਮ ਘਰਦਿਆਂ ਤੋਂ ਗਾਲਾਂ ਕਦੋਂ ਪਈਆਂ ਸੀ ਗਲਾਉਂ ਜ ਤਾਂ ਦੇਖੋ ਰੋਜ਼ ਹੀ ਪੈਂਗੀਆਂ ਰਹਿੰਦੀਆਂ ਕਿ ਕਦੇ ਖੁਸ਼ ਕਰ ਲਈਦਾ ਕਦੇ ਖੁਸ਼ ਕਰ ਦੇਈਦਾ ਘਰੇ ਬੈਠਿਆਂ ਕਿ ਗੀੜੀ ਗੂੜੀ ਲਾ ਕੇ ਆਣੀ ਹੈ ਜਿਵੇਂ ਉਹ ਹੋਸਟ ਹੋਰ ਬੱਚੇ ਆਪਣੇ ਯਾਰਾ ਦੋਸਤਾਂ ਆਏ ਜਾਂਦੇ ਨੇ ਮੈਂ ਆਪਣੇ ਮੰਮਾ ਪਾਪਾ ਨਾਲ ਜਾਂਦਾ ਤੁਸੀਂ ਗੀੜੀ ਲੈਣ ਵੀ ਆਪਣੇ ਮੰਮੀ ਪਾਪਾ ਨਾਲ ਜਾਂਦੇ ਹੋ ਹਾਂਜੀ ਹਾਂਜੀ ਇਕੱਠੇ ਜਾਈਦਾ ਜੱਥੇ ਜਾਈਦਾ ਕਿਸੇ ਸ਼ੋਅ ਦੇ ਵਿੱਚ ਦੇਖਦੇ ਆ ਜਾਂ ਇੰਟਰਵਿਊ 'ਚ ਦੇਖਦੇ ਆ ਤੁਹਾਡੇ ਮੂੰਹ ਤੇ ਸਮਾਈਲ ਰਹਿੰਦੀ ਹੈ ਪੋਜ਼ਿਟਿਵਿਟੀ ਹਮੇਸ਼ਾ ਤੁਹਾਡੇ ਆਲੇ ਦੁਆਲੇ ਰਹਿੰਦੀ ਹੈ ਇਸ ਪੋਜ਼ਿਟਿਵਿਟੀ ਦਾ ਕਾਰਨ ਕੀ ਹੈ ਇਹ ਪੋਜ਼ਿਟਿਵ ਯੂਬੀਟੀ ਦਾ ਕਾਰਨ ਬਸ ਆਹੀ ਹੈ ਕਿ ਨਾਮ ਜਪਣਾ ਹਾਂ ਆਹੀ ਲਗਾ ਲਓ ਪੋਜ਼ਿਟਿਵਿਟੀ ਹੈ ਗੁਰਦੁਆਰੇ ਜਾਈਦਾ ਪਾਠ ਕਰੀਦਾ ਅਰਦਾਸ ਕਰੀਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰੀਦੀ ਹੈ ਉੱਥੇ ਜਾ ਕੇ ਲਗਾ ਲਓ ਮੈਂ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਹੁਤ ਜਾਣਦਾ ਮੈਂ ਧੰਨ ਬਾਬਾ ਜੀਪ ਸਿੰਘ ਜੀ ਦੇ ਉੱਤੇ ਮੈਨੂੰ ਹੱਥ ਤੋਂ ਵੱਧ ਭਰੋਸਾ ਹੈ ਅੱਜ ਤੁਸੀਂ ਜੋ ਵੀ ਹਾਂ ਕੀ ਲੱਗਦਾ ਕਿ ਤੁਹਾਡੇ ਪਰਿਵਾਰ ਦਾ ਤੁਹਾਡੇ ਪਿਤਾ ਜੀ ਦਾ ਕਿੰਨਾ ਕੁ ਅਹਿਮ ਰੋਲ ਹੈ ਇਹਦੇ ਚ ਦੇਖੋ ਉਹਨਾਂ ਤੋਂ ਬਿਨਾ ਮੈਂ ਕੁਝ ਨਹੀਂ ਹਾਂ ਹੂੰ ਜੇ ਅੱਜ ਮੈਂ ਕਿਤੇ ਥੋੜੀ-ਬਹੁਤ ਮੇਰੇ ਕੋਲ ਪਛਾਣ ਹੈ ਕਿ ਇਹ ਥੋੜਾ-ਬਹੁਤ ਕੋਈ ਬੰਦਾ ਮੈਨੂੰ ਜਾਣਦਾ ਹੀ ਆ ਮੈਂ ਅੱਜ ਕੁਝ ਬੋਲ ਵੀ ਸਕਦਾ ਤਾਂ ਹਰ ਚੀਜ਼ ਪਿੱਛੇ ਉਹਨਾਂ ਦਾ ਹੱਥ ਹੈ ਇਨਸਟਾ ਤੇ ਅੱਜ ਵੀ ਆਪਾਂ ਦੇਖੀਏ ਤਾਂ ਮੇਰੇ ਤੋਂ ਵੱਧ ਮੀਨਸ ਮੇਰੇ ਪੇਰੈਂਟਸ ਕਰਦੇ ਨੇ ਇਹ ਜੇ ਕੋਈ ਫਿਲਮ ਹੈ ਜੀ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਸੀ ਪਰ ਤੁਹਾਨੂੰ ਨਹੀਂ ਮੌਕਾ ਮਿਲਿਆ ਕਿ ਜੇ ਯਾਰ ਮੈਂ ਇਸ ਫਿਲਮ 'ਚ ਹੁੰਦਾ ਤਾਂ ਮੈਂ ਹੋਰ ਵਧੀਆ ਕਰ ਪਾਉਂਦਾ ਇੱਕ ਆਡੀਸ਼ਨ ਦਿੱਤਾ ਸੀ ਵੈਸੇ ਮੈਂ ਘੱਟ ਹੀ ਸ਼ੇਅਰ ਕਰਦਾ ਇੱਕ ਫਿਲਮ ਸੀ ਲਾਲ ਸਿੰਘ ਛੱਡਾ ਆਮਰ ਖਾਨ ਜੀ ਦੀ ਬਿਲਕੁਲ ਤਾਂ ਉਹਦੇ ਵਿੱਚ ਆਡੀਸ਼ਨ ਵਾਸਤੇ ਕਾਲ ਆਈ ਸੀ ਤੇ ਹਰ ਚੀਜ਼ ਡਾਂਸ ਸੀ ਗਿਆ ਪਰ ਰੈਡੀ ਸੀਗੇ ਬਟ ਫਿਰ ਪਤਾ ਨਹੀਂ ਕੋਈ ਇਸ਼ੂ ਹੋ ਗਿਆ ਪਰ ਉਸ ਵਕਲ ਕੋ ਸਿਚੁਏਸ਼ਨ ਕਿਵੇਂ ਸੀ ਮੈਂ ਚ ਕਿ ਉਦਾਸ ਸਾਨੂੰ ਆ ਹੀ ਸੀਗਾ ਕਿ ਜੋ ਹੈ ਫਿਰ ਵਾਈਗ੍ਰੋਜ ਨੇ ਕੁਝ ਵੱਡਾ ਸੋਚਿਆ ਹੋਣਾ ਬਟ ਉਸ ਤੋਂ ਬਾਅਦ ਮੈਨੂੰ ਫਿਲਮ ਮਿਲੀ ਜੀ ਮਾਂ ਉਹ ਫਿਲਮ ਨੂੰ ਕਹਿ ਸਕਦੇ ਆ ਤਾਂ ਮੇਰੀ ਲਾਈਫ ਚੇਂਜਿੰਗ ਪ੍ਰੋਜੈਕਟ ਹੈ ਹੂੰ ਉਹਨੇ ਹੀ ਮੈਨੂੰ ਲਗਾ ਲ ਇੱਕ ਡਰਾਸਟਿਕ ਚੇਂਜ ਆਇਆ ਹੂੰ ਜਿੱਥੇ ਕੋਈ ਵੀ ਨਹੀਂ ਜਾਣਦਾ ਸੀ ਉੱਥੇ ਲੋਕਾਂ ਨੇ ਪਛਾਣਨਾ ਸ਼ੁਰੂ ਕਰਤਾ ਜਾਣਨਾ ਸ਼ੁਰੂ ਕੀਤਾ ਕਿ ਅਸੀਂ ਫਿਲਮ ਇੰਡਸਟਰੀ 'ਚ ਜਾਣਾ ਸਾਨੂੰ ਕੇਸ ਕਟਾਣੇ ਪੈਣਗੇ ਜਾਂ ਸਾਨੂੰ ਆਪਣਾ ਸਰੂਪ ਬਦਲਣਾ ਪਊਗਾ ਸਾਨੂੰ ਕੁਝ ਵੀ ਅਦਾਦਾ ਕਰਨਾ ਪੈ ਸਕਦਾ ਮੈਨੂੰ ਲੱਗਦਾ ਉਹਨਾਂ ਲਈ ਵੀ ਇੱਕ ਤੁਸੀਂ ਕਹੂੰਗਾ ਹਮੇ ਤੱਕ ਕੁਝ ਨਹੀਂ ਹੈ ਕਿ ਜੋ ਤੁਸੀਂ ਵਾਲ ਕਟਾ ਕੇ ਉਸ ਤੋਂ ਬਾਅਦ ਜੈਲ ਲਾ ਕੇ ਵਾਲ ਖੜੇ ਕਰ ਲੂੰਗਾ ਜੋ ਸਟਾਰ ਲਗੂੰਗੇ ਜਿਹਨੇ ਸਟਾਰ ਬਣਨਾ ਹੁੰਦਾ ਨਾ ਉਹ ਖੂਬੀ ਉਹਦੇ ਅੰਦਰ ਹੁੰਦੀ ਹੈ ਕੁਝ ਐਕਟਰਸ ਦੇ ਬਾਰੇ ਗੱਲ ਕਰਕੇ ਨਵਾਜ਼ੁਦੀਨ ਸੁਦੀਕ ਹੀ ਸਾਹਿਬ ਐਵੇਂ ਤੇ ਬਹੁਤ ਐਕਟਰਸ ਨੇ ਬਟ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਨਾ ਪੱਗ ਵਾਲਾ ਮੁੰਡਾ ਬਹੁਤ ਜੱੱਚਦਾ ਹੈ ਸਤਿ ਸ਼੍ਰੀ ਅਕਾਲ ਜੀ ਤਾਂ ਅੱਜ ਬੜਾ ਹੀ ਖਾਸ ਆਰਟਿਸਟ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੈ ਤਾਂ ਬੜੀ ਛੋਟੀ ਉਮਰ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਚੰਗਾ ਨਾਮ ਬਣਾ ਚੁੱਕਿਆ ਹੈ ਇਹ ਨੌਜਵਾਨ ਜਿਨ੍ਹਾਂ ਇੰਡਸਟਰੀ ਦੇ ਦਿੱਗਜਾਂ ਦੇ ਨਾਲ ਕੰਮ ਕਰਨਾ ਲੋਕਾਂ ਦਾ ਸੁਪਨਾ ਹੈ ਤੇ ਉਹ ਸੁਪਨਾ ਪੂਰਾ ਕਰਦੇ ਕਰਦੇ ਉਮਰਾਂ ਲੰਘ ਜਾਂਦੀਆਂ ਨੇ ਤਾਂ ਬੜੀ ਛੋਟੀ ਉਮਰ ਦੇ ਵਿੱਚ ਇਹ ਨੌਜਵਾਨ ਉਹਨਾਂ ਦੇ ਨਾਲ ਕੰਮ ਕਰ ਚੁੱਕਿਆ ਹੈ ਬੜੀਆਂ ਸੁਪਰ ਹਿੱਟ ਫਿਲਮਾਂ ਸਾਡੇ ਪੰਜਾਬ ਨੂੰ ਦੇ ਚੁੱਕਿਆ ਹੈ ਤਾਂ ਸਾਡੇ ਨਾਲ ਮੌਜੂਦ ਹੈ ਨਿਮਰਤ ਪ੍ਰਤਾਪ ਸਿੰਘ ਸਤਿ ਸ਼੍ਰੀ ਅਕਾਲ ਜੀ ਹਰ ਚੱਲ ਨੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਠਾਕੋ ਬਹੁਤ ਵਧੀਆ ਬਈ ਚੜ੍ਹਦੀ ਕਲਾ ਸਕੂਲ ਤੋਂ ਸਿੱਧਾ ਇੱਥੇ ਆਏ ਹਾਂ ਹਾਂਜੀ ਕਿਵੇਂ ਮੈਨੇਜ ਕਰਦੇ ਹੋ ਇਹ ਚੀਜ਼ਾਂ ਬਸ ਬਈ ਮੈਨੇਜ ਕਰਨਾ ਪੈਂਦਾ ਥੋੜਾ ਜਿਹਾ ਲਗਾ ਲਓ ਮਿਹਨਤ ਕਰਨੀ ਪੈਂਦੀ ਹੈ ਹੁਣ ਥੋੜਾ ਬਹੁਤ ਜਿਵੇਂ ਪਹਿਲਾਂ ਪਹਿਲਾਂ ਹੁੰਦਾ ਸੀ ਕਿ ਟੈਨਸ਼ਨ ਹੁੰਦੀ ਸੀ ਕਿ ਸਕੂਲ ਵੀ ਹੈ ਫਿਰ ਇਹ ਕੰਮ ਵੀ ਹੈ ਬਟ ਹੁਣੇ ਕੰਮ ਦੇ ਵਿੱਚ ਮਜ਼ਾ ਆਣ ਲੱਗ ਗਿਆ ਹੂੰ ਫੇਰ 19 ਦਿੱਕਤ ਹੁੰਦੀ ਬੜੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਆ ਸੱਜਣ ਸਿੰਘ ਰੰਗਰੂਟ ਅਰਦਾਸ ਕਰਾਂ ਮਾਂ ਮੇਰਾ ਬਾਬਾ ਨਾਨਕ ਹੋਰ ਕਿੰਨੀਆਂ ਹੀ ਫਿਲਮਾਂ ਜਿਨ੍ਹਾਂ ਦੇ ਨਾਮ ਲੰਦੇ ਮੈਨੂੰ ਲੱਗਦਾ ਕਾਫੀ ਸਮਾਂ ਬੀਤ ਜਾਊਗਾ ਤੇ ਅੱਜ ਨਿਮਰਤ ਬੈਠਾ ਚੰਗੀ ਪਛਾਣ ਬਣਾ ਚੁੱਕਿਆ ਇੰਡਸਟਰੀ ਦੇ ਵਿੱਚ ਤੇ ਜਿੱਥੇ ਜਾਂਦਾ ਲੋਕ ਮਿਲਦੇ ਨੇ ਤੇ ਪਛਾਣਦੇ ਨੇ ਇਸ ਮੁਕਾਮ ਤੇ ਪਹੁੰਚ ਕੇ ਕਿਹੋ ਜਿਹਾ ਲੱਗਦਾ ਦੇਖੋ ਜੀ ਬਹੁਤ ਵਧੀਆ ਲੱਗਦਾ ਹਾਲੇ ਤਾਂ ਜੇ ਕਿਹਾ ਜਾਵੇ ਤਾਂ ਇਹ ਪਹਿਲੀ ਪੌੜੀ ਆ ਜੀ ਮੇਰੀ ਹੂੰ ਬਾਕੀ ਮੇਰੀ ਮਿਹਨਤ ਜਿਹੜੀ ਹੈ ਉਹ ਹਲੇ ਵੀ ਜਾਰੀ ਹੈ ਲੱਗੇ ਹੋਏ ਆ ਬਸ ਆਹੀ ਹੈ ਕਿ ਆਪਣੇ ਲੋਕਾਂ ਨੂੰ ਲਗਾ ਲੋ ਦਰਸ਼ਕਾਂ ਨੂੰ ਕੁਝ ਚੰਗਾ ਸਿਨੇਮਾ ਦੇਣ ਦੀ ਹੂੰ ਹਲ ਤਾਂ ਸ਼ੁਰੂਆਤ ਕੀਤੀ ਹੈ ਫਿਲਮਾਂ ਦੇ ਵਿੱਚ ਛੋਟੇ ਛੋਟੇ ਕਿਰਦਾਰ ਜਿਵੇਂ ਪਿੱਛੇ ਫਿਲਮ ਕੀਤੀ ਸੀ ਮੈ ਜੋਗੀ ਉਹਦੇ ਵਿੱਚ ਪੰਜਾਬ 1984 ਦੀ ਕਹਾਣੀ ਹੈ ਤਾਂ ਦਲੇਰੀ ਸਟੋਰੀ ਦੇ ਵਿੱਚ ਮੈਂ ਦਲਜੀਤ ਭਾਈ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ ਤਾਂ ਮਤਲਬ ਲਗਾ ਲੋ ਇੱਕ ਸੁਪਨਾ ਹੈ ਕਿ ਅਮਰੀ ਦੀਆਂ ਫਿਲਮਾਂ ਹੋਰ ਲਿਆਉਣੀ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਲਗਾ ਲੋ ਪੰਜਾਬ ਨਾਲ ਜੋੜੇ ਹੋਰ ਹਿਸਟਰੀ ਦੇ ਬਾਰੇ ਆਪਾਂ ਪੰਜਾਬ ਤੋਂ ਬਾਹਰ ਵੀ ਪੰਜਾਬ ਦੀ ਹਿਸਟਰੀ ਦਸੀਏ ਆਪਾਂ ਕਿ ਬੋਲੀਏ ਕਿ ਆਪਾਂ ਪੰਜਾਬ ਤੋਂ ਮਤਲਬ ਕੁਝ ਕਰਕੇ ਦਿਖਾਈਏ ਕੁਝ ਵਰੀਆ ਵਰੀਆ ਸਿਨੇਮਾ ਲਿਆਈਏ ਆਪਾਂ ਆਪਣੇ ਪੰਜਾਬ ਵਾਸਤੇ ਨਿਮਰਤ ਗੱਲ ਕਰੀਏ ਤਾਂ ਜਦੋਂ ਵੀ ਤੁਹਾਨੂੰ ਕਿਸੇ ਸ਼ੋਅ ਦੇ ਵਿੱਚ ਦੇਖਦੇ ਆ ਜਾਂ ਇੰਟਰਵਿਊ 'ਚ ਦੇਖਦੇ ਆ ਤੁਹਾਡੇ ਮੂੰਹ ਤੇ ਸਮਾਈਲ ਰਹਿੰਦੀ ਹੈ ਪੋਜ਼ਿਟਿਵਿਟੀ ਹਮੇਸ਼ਾ ਤੁਹਾਡੇ ਆਲੇ ਦੁਆਲੇ ਰਹਿੰਦੀ ਹੈ ਇਸ ਪੋਜ਼ਿਟਿਵਿਟੀ ਦਾ ਕਾਰਨ ਕੀ ਹੈ ਇਹ ਪੋਜ਼ਿਟਿਵ ਯੂਬੀਟੀ ਦਾ ਕਾਰਨ ਬਸ ਆਹੀ ਹੈ ਕਿ ਨਾਮ ਜਪਣਾ ਹਮ ਆਹੀ ਲਗਾ ਲਓ ਪੋਜ਼ਿਟਿਵਿਟੀ ਹੈ ਗੁਰਦੁਆਰੇ ਜਾਈਦਾ ਪਾਠ ਕਰੀਦਾ ਅਰਦਾਸ ਕਰੀਦੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਦੀ ਹੈ ਉੱਥੇ ਜਾ ਕੇ ਲਗਾ ਲਓ ਮੈਂ ਸਿੰਘ ਸ਼ੀਦਾ ਗੁਰਦੁਆਰਾ ਸਾਹਿਬ ਬਹੁਤ ਜਾਣਦਾ ਮੈਂ ਧੰਨ ਬਾਬਾ ਜੀਪ ਸਿੰਘ ਜੀ ਦੇ ਉੱਤੇ ਮੈਨੂੰ ਹੱਥੋਂ ਵੱਧ ਭਰੋਸਾ ਹੈ ਤਾਂ ਜਦ ਵੀ ਲਗਾ ਲਓ ਭਾਵੇਂ ਲਗਾ ਲਓ ਦੁੱਖ ਵੀ ਹੁੰਦਾ ਉਦੋਂ ਵੀ ਜਦ ਬਾਬਾ ਜੀ ਦਾ ਨਾਮ ਲੈ ਲਈਦਾ ਤਾਂ ਆਪੇ ਮੁੱਖ ਦੇ ਉੱਤੇ ਸਮਾਈਲ ਆ ਜਾਂਦੀ ਹੈ ਕਿਲਗਾਲੋ ਭਾਵੇਂ ਦੁੱਖ ਹੈ ਭਾਵੇਂ ਸੋਖ ਹੈ ਜੇ ਤੁਹਾਡੇ ਚਿਹਰੇ ਦੇ ਉੱਤੇ ਤੁਹਾਡੇ ਮੂੰਹ ਦੇ ਉੱਤੇ ਵਾਹਿਗੁਰੂ ਜੀ ਦਾ ਨਾਮ ਹੈ ਕਿਵੇਂ ਸਮਾਈਲ ਨਹੀਂ ਜਾਏਗੀ ਅੱਛਾ ਗੁਰੂ ਦੇ ਉੱਤੇ ਇੰਨਾ ਭਰੋਸਾ ਕਿਵੇਂ ਬਣਿਆ ਮਤਲਬ ਜ਼ਿੰਦਗੀ ਚ ਕੁਝ ਐਦਾਂ ਦਾ ਹੋ ਗਿਆ ਕਿ ਜਿਸ ਤੋਂ ਬਾਅਦ ਲੱਗਿਆ ਕਿ ਹਾਂ ਯਾਰ ਵਾਕਈ ਰੱਬ ਹੈ ਦੇਖੋ ਜੀ ਸ਼ੁਰੂ ਤੋਂ ਹੀ ਪੇਰੈਂਟਸ ਨੇ ਸਿਖਾਇਆ ਕਿ ਆਪਣੇ ਉੱਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਤੇ ਜੇ ਆਪਣੇ ਉੱਤੇ ਭਰੋਸਾ ਹੈ ਤਾਂ ਦੂਜੀ ਚੀਜ਼ ਜੇ ਤੁਹਾਡਾ ਤੁਹਾਡੇ ਵਿਗਰੂ ਦੇ ਉੱਤੇ ਤੁਸੀਂ ਕੋਈ ਵੀ ਸੁਪਰ ਪਾਵਰ ਨੂੰ ਮੰਨਦੇ ਹੋ ਤੁਸੀਂ ਗੁਰਦੁਆਰੇ ਜਾਂਦੇ ਹੋ ਮੰਦਿਰ ਜਾਂਦੇ ਹੋ ਜਿੱਥੇ ਵੀ ਜਾਂਦੇ ਹੋ ਜੇ ਤੁਹਾਡਾ ਆਪਣੀ ਸੁਪਰ ਪਾਵਰ ਤੇ ਭਰੋਸਾ ਹੈ ਤਾਂ ਲਗਾ ਲਓ ਤੁਸੀਂ ਸਭ ਕੁਝ ਕਰ ਸਕਦੇ ਹੋ ਬਸ ਫਿਰ ਸ਼ੁਰੂ ਤੋਂ ਹੀ ਗੁਰਦੁਆਰਾ ਸਾਹਿਬ ਜਾਣਾ ਤਾਂ ਉੱਥੇ ਜਾ ਕੇ ਜਦ ਜਾਣਾ ਸ਼ੁਰੂ ਕੀਤਾ ਤਾਂ ਆਪੇ ਭਰੋਸਾ ਬਣਦਾ ਰਿਹਾ ਹੁਣ ਮੇਰਾ ਚਲੋ ਕੁਝ ਵੀ ਹੈ ਚਾਹੇ ਲਾਈਵ ਦੇ ਵਿੱਚ ਜਦ ਵੀ ਲੱਗਦਾ ਹੈ ਕਿ ਆ ਅੱਜ ਦੁਖੀ ਆ ਅੱਜ ਥੋੜਾ ਜਿਹਾ ਸਹੀ ਨਹੀਂ ਰਿਹਾ ਕੱਲੇ ਗੱਲਾਂ ਕਰਦੇ ਹਾਂ ਰੱਬ ਦੇ ਨਾਲ ਤਾਂ ਆਹੀ ਤਾਂ ਗੱਲ ਜਦ ਮਿਲ ਗਾਲ ਮੈਂ ਆਪਣੀ ਜਿਹੜੀ ਦਿਲ ਦੀ ਗੱਲਾਂ ਹੁੰਦੀਆਂ ਨਾ ਭਾਵੇਂ ਸੁੱਖ ਦੀਆਂ ਗੱਲਾਂ ਭਾਵੇਂ ਦੁੱਖ ਦੀਆਂ ਗੱਲਾਂ ਮੈਂ ਭਾਈ ਗੁਰੂ ਜੀ ਨਾਲ ਸ਼ੇਅਰ ਕਰਦਾ ਕੀ ਬਾਤ ਹੈ ਜਦ ਆਪਾਂ ਕਿਸੇ ਇਨਸਾਨ ਦੇ ਨਾਲ ਗੱਲ ਕਰਾਂਗੇ ਜਿਵੇਂ ਕਿਸੇ ਦੇ ਨਾਲ ਵੀ ਗੱਲ ਕਰਾਂਗੇ ਉਹ ਤੁਹਾਡੇ ਸਾਹਮਣੇ ਤਾਂ ਤੁਹਾਡੀ ਵਡਿਆਈ ਕਰੇਗਾ ਬਟ ਪਿੱਠ ਪਿੱਛੇ ਧਿਆਨ ਪਤਾ ਹੀ ਹੈ ਹੂੰ ਤੇ ਇਸ ਕਰਕੇ ਮੇਰਾ ਵਾਈਗੁਰੂ ਜੀ ਦੇ ਭਰੋਸਾ ਹੈ ਕਿ ਮੈਂ ਕੋਈ ਵੀ ਗੱਲ ਕਰਦਾ ਨਾ ਮੈਨੂੰ ਆਪੇ ਆਪਣੇ ਸਵਾਲਾਂ ਦੇ ਵਿੱਚੋਂ ਆਪਣੇ ਜਵਾਬ ਮਿਲ ਜਾਂਦੇ ਨੇ ਇਹ ਇਹ ਮਤਲਬ ਜਿਹੜੀ ਇਹ ਚੀਜ਼ ਆ ਇੱਕ ਹੁੰਦਾ ਕਿ ਆਪਣੇ ਪਰਿਵਾਰ ਤੋਂ ਮਿਲਣਾ ਇਸ ਚੀਜ਼ ਨੂੰ ਤੇ ਦੂਜਾ ਹੁੰਦਾ ਕਿ ਨੇਚੁਰਲੀ ਆਪਾਂ ਵਾਈਗੁਰੂ ਦੇ ਨਾਲ ਅਟੈਚ ਹੋਣਾ ਇਹਦੇ ਵਿੱਚ ਪਰਿਵਾਰ ਦਾ ਮੇਰੇ ਬਹੁਤ ਵੱਡਾ ਹੱਥ ਹੈ ਮੇਰੇ ਦਾਦਾ ਜੀ ਦਾ ਮੇਰੇ ਮਮਾ ਪਾਪਾ ਦਾ ਮੇਰੇ ਦਾਦੀ ਜੀ ਦਾ ਇਸ ਚੀਜ਼ ਦੇ ਨਾਲ ਬਹੁਤ ਲਗਾ ਲੂ ਉਹਨਾਂ ਦੇ ਕਰਕੇ ਹੀ ਅੱਜ ਸਭ ਕੁਝ ਹੈ ਅੱਜ ਤੁਸੀਂ ਜੋ ਵੀ ਹੋ ਕੀ ਲੱਗਦਾ ਕਿ ਤੁਹਾਡੇ ਪਰਿਵਾਰ ਦਾ ਤੁਹਾਡੇ ਪਿਤਾ ਜੀ ਦਾ ਕਿੰਨਾ ਇੱਕ ਅਹਿਮ ਰੋਲ ਹੈ ਇਹਦੇ ਚ ਦੇਖੋ ਉਹਨਾਂ ਤੋਂ ਬਿਨਾ ਮੈਂ ਕੁਝ ਨਹੀਂ ਹਾਂ ਜੇ ਅੱਜ ਮੈਂ ਕਿਤੇ ਥੋੜੀ-ਬਹੁਤ ਮੇਰੇ ਕੋਲ ਪਹਿਚਾਨ ਹੈ ਕਿ ਇਹ ਥੋੜਾ-ਬਹੁਤ ਕੋਈ ਬੰਦਾ ਮੈਨੂੰ ਜਾਣਦਾ ਹੀ ਜਾਂ ਮੈਂ ਅੱਜ ਕੁਝ ਬੋਲ ਵੀ ਸਕਦਾ ਤਾਂ ਹਰ ਚੀਜ਼ ਪਿੱਛੇ ਉਹਨਾਂ ਦਾ ਹੱਥ ਹੈ ਇਨਸਟਾ ਤੇ ਅੱਜ ਵੀ ਆਪਾਂ ਦੇਖੀਏ ਤਾਂ ਮੇਰੇ ਤੋਂ ਵੱਧ ਮੀਨਤ ਮੇਰੇ ਪੇਰੈਂਟਸ ਕਰਦੇ ਨੇ ਲਗਾ ਲੋ ਕਿ ਜਦ ਆਪਾਂ ਸੋਸਾਇਟੀ ਦੇ ਵਿੱਚ ਵੀ ਪਹਿਲਾਂ ਕਾਫੀ ਲੋਗ ਦਾ ਕਹਿਣਾ ਕਿ ਇਹ ਲਾਈਨ ਸਹੀ ਨਹੀਂ ਹੈ ਬੱਚੇ ਨੂੰ ਪੜ੍ਹਾਈ ਵੱਲ ਲਾਓ ਉਹਨਾਂ ਨੇ ਹਰ ਚੀਜ਼ ਨੂੰ ਲਗਾ ਲੋ ਇੱਕ ਮੇਰੇ ਸੁਪਨੇ ਵਾਸਤੇ ਸੈਕਰੀਫਾਈਸ ਕੀਤਾ ਥੋੜਾ ਸੁਪਨਾ ਸੀ ਇਹ ਮੇਰਾ ਸੁਪਨਾ ਵੀ ਸੀ ਬਟ ਮੇਰੇ ਪਾਪਾ ਚਾਹੁੰਦੇ ਸੀ ਕਿ ਲਗਾ ਲੋ ਜਿੱਥੇ ਮਰਜੀ ਜਾਵੇ ਜਿਹੜੀ ਮਰਜੀ ਸਟਰੀਮ ਦੇ ਵਿੱਚ ਜਾਵੇ ਬਸ ਕੁਝ ਚੰਗਾ ਕਰੇ ਕੁਝ ਵਧੀਆ ਕਰੇ ਕੁਝ ਵੀ ਕਰਨਾ ਹੈ ਸੋ ਸਮਝ ਕੇ ਚੱਲਣਾ ਬਸ ਫਿਰ ਆਹੀ ਮੇਰਾ ਸੁਪਨਾ ਬਣ ਗਿਆ ਕਿ ਯਾਰ ਕੁਝ ਬਣ ਕੇ ਦਿਖਾਣਾ ਕੁਝ ਕਰਕੇ ਦਿਖਾਣਾ ਦੁਨੀਆ ਇਸ ਇੰਡਸਟਰੀ ਚ ਆਉਣ ਤੋਂ ਪਹਿਲਾਂ ਜਿਵੇਂ ਇੱਕ ਹੁੰਦਾ ਹੈ ਕਿ ਅਸੀਂ ਸ਼ੁਰੂ ਤੋਂ ਸੋਚ ਕੇ ਰੱਖਿਆ ਹੁੰਦਾ ਹੈ ਕਿ ਅਸੀਂ ਉੱਥੇ ਜਾਣਾ ਹੈ ਟਾਰਗੇਟ ਹੁੰਦਾ ਸਾਡੇ ਕੋਲ ਤੇ ਦੂਜਾ ਹੁੰਦਾ ਕਿ ਸਾਨੂੰ ਜਿੱਥੇ ਕਿਸਮਤ ਲੈ ਕੇ ਜਾਂਦੀ ਹੈ ਅਸੀਂ ਉਸ ਚੀਜ਼ ਦੇ ਨਾਲ ਪਿਆਰ ਕਰ ਲੈਣੇ ਆ ਤੁਹਾਡੇ ਨਾਲ ਕੀ ਹੋਇਆ ਦੇਖੋ ਲਾਈਵ ਦੇ ਵਿੱਚ ਇੱਕ ਏਮ ਹੋਣਾ ਬਹੁਤ ਜ਼ਰੂਰੀ ਹੈ ਹੁਣ ਮੇਰਾ ਜਿਵੇਂ ਅਰਜੁਨ ਨੂੰ ਸਿਰਫ ਅੱਖ ਦਿਖ ਰਹੀ ਸੀ ਪੰਛੀ ਦੀ ਤਾਂ ਮੇਰਾ ਬਸ ਇੰਨਾ ਹੈ ਕਿ ਮੇਰਾ ਏਮ ਕਲੀਅਰ ਹੈ ਹਮ ਕਿ ਇੱਕ ਲਗਾ ਲਓ ਇੱਕ ਵੱਡੇ ਲੈਵਲ ਤੇ ਪਹੁੰਚਣਾ ਹੈ ਤੇ ਆਪਣੀ ਦਸਤਾਰ ਨੂੰ ਨਾਲ ਲੈ ਕੇ ਪਹੁੰਚਣਾ ਤਾਂ ਆਹੀ ਮੇਰਾ ਏਮ ਹੈ ਏਮ ਹੋਣਾ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਅੱਜ ਆਪਾਂ ਆਸ-ਪਾਸ ਦੇਖੀਏ ਤਾਂ ਕਿ ਬੱਚੇ ਵੱਡੇ-ਵੱਡੇ ਹੋ ਗਏ ਨੇ ਪਲੱਸ 1 ਪਲੱਸ 2 ਦੇ ਵਿੱਚ ਵੀ ਹੋ ਗਏ ਕਈਆਂ ਨੂੰ ਤਾਂ ਆਪਣਾ ਪਤਾ ਹੀ ਨਹੀਂ ਹੈ ਕਿ ਉਹਨਾਂ ਨੇ ਕਰਨਾ ਕੀ ਹੈ ਬਿਲਕੁਲ ਤੇ ਇਹ ਚੀਜ਼ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਕਦਕ ਤੋਂ ਇਹ ਚੀਜ਼ ਕਲੀਅਰ ਹੋ ਗਈ ਸੀ ਕਿ ਮੈਂ ਜਾਣਾ ਮੈਨੂੰ 3 ਸਾਲ ਦੀ ਉਮਰ ਤੋਂ ਪਤਾ ਮੈਨੂੰ 3 ਸਾਲ ਦੀ ਉਮਰ 'ਚ ਤੁਸੀਂ ਡਿਸਾਈਡ ਕਰ ਲਿਆ ਸੀ ਕਿ ਮੈਂ ਐਕਟਰ ਬਣਨਾ ਹੈ 3 ਸਾਲ ਮੈਂ ਲਗਾ ਲੋ ਪਹਿਲਾਂ ਗਾਣਾ ਕੀਤਾ ਸੀ ਮੇਰੀ ਮਾਂ ਗੜਪਾ ਜਨਪਤ ਜੀ ਬਾਈ ਜਿਹੜੇ ਕ੍ਰਿਕਟਰ ਨੇ ਬਿਲਕੁਲ ਤਾਂ ਬਸ ਉਸ ਤੋਂ ਬਾਅਦ ਪਤਾ ਲੱਗ ਗਿਆ ਸੀ ਤੇ ਉਹ ਗਾਣੇ ਦੇ ਵਿੱਚ ਐਂਟਰੀ ਤੁਹਾਨੂੰ ਕਿਵੇਂ ਮਿਲਦੀ ਹੈ ਉਹ ਗਾਣੇ ਦੇ ਵਿੱਚ ਜਿਵੇਂ ਨਾਰਮਲੀ ਫੇਸਬੁੱਕ ਵਗੈਰਾ ਉਸ ਟਾਈਮ ਚੱਲਦਾ ਸੀ ਥੋੜਾ ਬਹੁਤ ਜ਼ਿਆਦਾ ਕੁਝ ਸੀਗਾ ਨਹੀਂ ਨਾ ਉਸ ਟਾਈਮ YouTube ਸੀਗਾ ਜਿਹੜਾ ਥੋੜਾ ਬਹੁਤ ਸੀਗਾ ਤੇ ਉੱਥੇ ਪੋਸਟ ਵਗੈਰਾ ਪਾਈ ਛੋਟਾ ਹੁੰਦਾ ਸੀ ਚੁਲਬੁਲਾ ਜਿਹਾ ਹੁੰਦਾ ਸੀ ਹੂੰ ਤਾਂ ਉਸ ਤੋਂ ਬਾਅਦ ਇੱਕ ਆਡੀਸ਼ਨ ਦੇ ਵਾਸਤੇ ਗੱਲ ਆਈ ਤਾਂ ਆਪਾਂ yes ਕਹਿਤਾ ਤੇ ਕੈਰੇਕਟਰ ਮੈਚ ਕਰ ਰਿਹਾ ਸੀ ਸ਼ਾਇਦ ਹੂੰ ਉਹਦੇ ਕਰਕੇ ਜਦ ਹਾਂ ਕਿਹਾ ਫਿਰ ਬਸ ਤੇ ਹੁਣ ਗੱਲ ਕਰੀਏ ਤਾਂ ਜਿਵੇਂ ਤੁਹਾਡੀ ਸ਼ੁਰੂਆਤ ਇੱਕ ਗਾਣੇ ਤੋਂ ਹੁੰਦੀ ਹੈ ਤੇ ਅੱਜ ਫਿਲਮਾਂ ਤੱਕ ਤੁਸੀਂ ਪਹੁੰਚ ਚੁੱਕੇ ਹੋ ਮੇਰਾ ਸਵਾਲ ਇਹ ਆ ਕਿ ਕਿੰਨਾ ਕੁ ਅੱਗੇ ਜਾਣਾ ਤੁਹਾਡਾ ਏਮਾ ਮਤਲਬ ਅਜੇ ਹੀ ਕੋਈ ਫਿਲਮ ਹੈ ਜੀ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਸੀ ਪਰ ਤੁਹਾਨੂੰ ਨਹੀਂ ਮੌਕਾ ਮਿਲਿਆ ਕਿ ਜੇ ਯਾਰ ਮੈਂ ਇਸ ਫਿਲਮ 'ਚ ਹੁੰਦਾ ਤਾਂ ਮੈਂ ਹੋਰ ਵਧੀਆ ਕਰ ਪੰਦਾ ਦੇਖੋ ਜੀ ਐਵੇਂ ਕਿਹਾ ਜਾਵੇ ਤਾਂ ਇਹ ਗਾਲੋ ਆਡੀਸ਼ਨਸ ਅੱਜ ਵੀ ਬਹੁਤ ਫਿਲਮਾਂ ਦੇ ਰਹਿੰਦੇ ਆ ਸੰਤਾ ਐਵੇਂ ਰਹਿੰਦਾ ਕਿ ਸੰਤਾ ਕੰਮ ਚਾਹੀਦਾ ਭਾਵੇਂ ਕੰਮ ਛੋਟਾ ਹੋਵੇ ਭਾਵੇਂ ਕੰਮ ਵੱਡਾ ਹੋਵੇ ਮੇਰੇ ਵਾਸਤੇ ਮੇਰਾ ਕੰਮ ਮੇਰੀ ਡਿਊਟੀ ਆ ਹੂੰ ਤੇ ਬਹੁਤ ਫਿਲਮਾਂ ਆ ਮੇਰੀਆਂ ਹੈ ਜਿਵੇਂ ਇੱਕ ਆਡੀਸ਼ਨ ਦਿੱਤਾ ਸੀ ਵੈਸੇ ਮੈਂ ਘੱਟ ਹੀ ਸ਼ੇਅਰ ਕਰਦਾ ਇੱਕ ਫਿਲਮ ਸੀ ਲਾਲ ਸਿੰਘ ਛੱਡਾ ਆਮਿਰ ਖਾਨ ਜੀ ਦੀ ਬਿਲਕੁਲ ਤਾਂ ਉਹਦੇ ਵਿੱਚ ਆਡੀਸ਼ਨ ਵਾਸਤੇ ਕਾਲ ਆਈ ਸੀ ਤੇ ਹਰ ਚੀਜ਼ ਡਾਂਸ ਸੀਗੀ ਆਪਾਂ ਰੈਡੀ ਸੀਗੇ ਬਟ ਫਿਰ ਪਤਾ ਨਹੀਂ ਕੋਈ ਇਸ਼ੂ ਹੋਇਆ ਮਤਲਬ ਲਗਾ ਲਓ ਬਹੁਤ ਵਾਰ ਹੁੰਦਾ ਹੈ ਕਿ ਮੈਂ ਤਾਂ ਰੈਡੀ ਹੁੰਨਾ ਅੱਜ ਆਪਾਂ ਪੈਕਿੰਗ ਕਰ ਰਹੇ ਆ ਕੀ ਆਪਾਂ ਕੱਲ ਨੂੰ ਸ਼ੂਟ ਤੇ ਜਾਣੇ ਆਡਿਸ਼ਨ ਦੇਣ ਦਾ ਹੀ ਮੌਕਾ ਹੀ ਨਹੀਂ ਮਿਲਿਆ ਜਾਂ ਸਿਲੈਕਸ਼ਨ ਤੋਂ ਬਾਅਦ ਫੋਨ ਆਇਆ ਸੀ ਕਿਵੇਂ ਮਤਲਬ ਸਿਲੈਕਟ ਹੋ ਚੁੱਕੇ ਸੀ ਸਿਲੈਕਟ ਹੋ ਗਏ ਸੀ ਤੁਸੀਂ ਸਾਨੂੰ ਸਪੈਸ਼ਲੀ ਮਿਲ ਕੇ ਗਈ ਸੀ ਉੱਥੇ ਤੇ ਉਹਨਾਂ ਨੇ ਕਿਹਾ ਸੀ ਹੁਣ ਆਪਾਂ ਸਦਾ ਮੁੰਬਈ ਮਿਲਾਂਗੇ ਓਕੇ ਤੇ ਫੇਰ ਬਸ ਕੁਝ ਟਾਈਮ ਬਾਅਦ ਕਾਲ ਆ ਗਿਆ ਫਿਰ ਉਸ ਵਕ ਉਹ ਸਿਚੁਏਸ਼ਨ ਕਿਵੇਂ ਸੀ ਮਨ ਚ ਉਦਾਸ ਸੀ ਸਾਨੂੰ ਆ ਹੀ ਸੀਗਾ ਕਿ ਜੋ ਹੈ ਵਾਈਗਰੂਜ ਨੇ ਕੁਝ ਵੱਡਾ ਸੋਚਿਆ ਹੋਣਾ ਬਟ ਉਸ ਤੋਂ ਬਾਅਦ ਮੈਨੂੰ ਫਿਲਮ ਮਿਲੀ ਜੀ ਮਾਂ ਹੂੰ ਉਹ ਫਿਲਮ ਨੂੰ ਕਹਿ ਸਕਦੇ ਆ ਤਾਂ ਮੇਰੀ ਲਾਈਫ ਚੇਂਜਿੰਗ ਪ੍ਰੋਜੈਕਟ ਹੈ ਉਨੇ ਹੀ ਮੈਨੂੰ ਲਗਾ ਲ ਇੱਕ ਡਰਾਸਟਿਕ ਚੇਂਜ ਆਇਆ ਜਿੱਥੇ ਕੋਈ ਵੀ ਨਹੀਂ ਜਾਣਦਾ ਸੀ ਉੱਥੇ ਲੋਕਾਂ ਨੇ ਪਛਾਣਨਾ ਸ਼ੁਰੂ ਕਰਤਾ ਜਾਣਨਾ ਸ਼ੁਰੂ ਕੀਤਾ ਕਿ ਆ ਤਕਦੀਰ ਹੈ ਇੱਕ ਤਕਦੀਰ ਮੇਰਾ ਕੈਰੈਕਟਰ ਦਾ ਨਾਮ ਸੀਗਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਵੀ ਸਾਡਾ ਚੱਲ ਪਿਆ ਲੋਕਾਂ ਨੇ ਵੇਖਣਾ ਸ਼ੁਰੂ ਕੀਤਾ ਤੇ ਫਿਰ ਥੋੜਾ ਥੋੜਾ ਨਾਮ ਬਣਦਾ ਗਿਆ ਤੇ ਮਾਂ ਦੀ ਗੱਲ ਕਰੀਏ ਮਾਂ ਫਿਲਮ ਦੇ ਵਿੱਚ ਜਦੋਂ ਮਾਂ ਰੁੱਸ ਜਾਂਦੀ ਹੈ ਤਾਂ ਕੰਨ ਫੜ ਕੇ ਨਿਮਰਤਾ ਉਹਨੂੰ ਮਨਾਉਂਦਾ ਹੈ ਅਸਲ ਲਾਈਫ 'ਚ ਵੀ ਐਵੇਂ ਹੁੰਦਾ ਹੈ ਅਸਲ ਲਾਈਫ ਦੇ ਵਿੱਚ ਐਵੇਂ ਹੁੰਦਾ ਹੀ ਹੁੰਦਾ ਸਾਰਿਆਂ ਨਾਲ ਹੁੰਦਾ ਹਮ ਇੱਕ ਮਾਂ ਦੇ ਨਾਲ ਜਿਹੜਾ ਪਿਆਰ ਹੈ ਆਪਣੇ ਬੱਚੇ ਦਾ ਮਦਰ ਤੇ ਫਾਦਰ ਨਾਲ ਕੋਈ ਇਦਾਂ ਦੀ ਯਾਦ ਆ ਮਾਤਾ ਦੇ ਨਾਲ ਕੋਈ ਇਦਾਂ ਦੀ ਸਿਚੁਏਸ਼ਨ ਇਦਾਂ ਹੋਇਆ ਹੋਵੇ ਤੇ ਤੁਸੀਂ ਫਿਰ ਕੰਨ ਫੜ ਕੇ ਮਾਂ ਨੂੰ ਮਨਾਇਆ ਹੋਵੇ ਕਿ ਮਾਂ ਸੋਰੀ ਚਲ ਇਹ ਤਾਂ ਦੇਖੋ ਜੀ ਰੋਜ਼ ਦੀ ਗੱਲ ਹੈ ਕਹਦੇਗੇ ਮਿਲ ਲਗਾ ਲੋ ਮੰਮਾ ਨਾਲ ਥੋੜੀ ਬਹੁਤ ਗੱਲ ਬਾਤ ਫਿਰ ਮੰਮਾ ਕਹਿੰਦੇ ਰੋਸੇ ਜਾਂਨੇ ਆ ਫਿਰ ਮਨਾਣਾ ਇਹ ਤਾਂ ਇਹ ਲਗਾ ਲੋ ਬੱਚਿਆਂ ਦਾ ਹੱਕ ਹੈ ਥੋੜਾ ਬਸ਼ਿਸ਼ਾਣੀ ਅੱਛਾ ਮਾਂ ਕੀ ਹੈ ਤੁਹਾਡੇ ਲਈ ਮਾਂ ਮਾਂ ਸ਼ਬਦ ਨੂੰ ਜੇਕਰ ਤੁਸੀਂ ਐਕਸਪਲੇਨ ਕਰਨਾ ਚਾਹੋ ਆਪਣੇ ਸ਼ਬਦਾਂ ਚ ਮਾਂ ਕੀ ਹੈ ਤੁਹਾਡੇ ਵਾਸਤੇ ਮਾਂ ਰੱਬ ਦਾ ਰੂਪ ਹੈ ਹੂੰ ਤੇ ਮਾਂ ਤੋਂ ਉੱਤੇ ਤਾਂ ਕੋਈ ਨਹੀਂ ਹੈ ਹੂੰ ਜਿਸ ਥਾਂ ਤੇ ਮੇਰੇ ਮਾਂ ਤੇ ਪਿਓ ਖੜ ਸਕਦੇ ਆ ਕੋਈ ਨਹੀਂ ਖੜ ਸਕਦਾ ਨਾ ਕੋਈ ਚਾਚਾ ਨਾ ਤਾਇਆ ਕੋਈ ਵੀ ਨਹੀਂ ਖੜ ਸਕਦਾ ਅੱਜ ਕੱਲ ਦੇ ਆਪਾਂ ਸੋਸ਼ਲ ਮੀਡੀਆ ਦੇ ਵੀ ਗੱਲ ਕਰ ਲਈ ਨਾ ਬਹੁਤ ਸਾਰੀ ਚੀਜ਼ਾਂ ਐਦਾ ਦੀਆਂ ਦੇਖਣ ਨੂੰ ਮਿਲਦੀਆਂ ਜਿਨ੍ਹਾਂ ਨੂੰ ਦੇਖ ਕੇ ਦਿਮਾਗ ਬੜਾ ਡਿਸਟਰਬ ਹੁੰਦਾ ਜਿਵੇਂ ਬੱਚਿਆਂ ਦੁਆਰਾ ਆਪਣੇ ਮਾਪੇ ਆਪ ਦੀ ਕਦਰ ਨਾ ਕਰਨਾ ਜਦੋਂ ਤੁਸੀਂ ਇਹ ਚੀਜ਼ਾਂ ਦੇਖਦੇ ਹੋ ਉਦੋਂ ਦਿਮਾਗ 'ਚ ਕੀ ਆਂਦਾ ਤੁਹਾਡੇ ਦੇਖੋ ਜੀ ਦਿਮਾਗ ਦੇ ਵਿੱਚ ਤਾਂ ਆਹੀ ਆਉਂਦਾ ਹੈ ਕਿ ਅੱਜਕੱਲ ਜੇ ਆਪਾਂ ਸੋਸਾਇਟੀ ਦੇ ਵਿੱਚ ਦੇਖੀ ਤਾਂ ਇਹ ਬਹੁਤ ਡਰਾਸਟਿਕ ਜਿਹਾ ਚੇਂਜ ਆਇਆ ਕੁਝ ਸਮੇਂ ਦੇ ਵਿੱਚ ਪਹਿਲਾਂ ਆਪਾਂ ਕਦੇ ਵੀ ਐਵੇਂ ਨਹੀਂ ਸੁਣਿਆਦਾ ਸੀ ਹੁਣ ਅੱਜ ਆਪਾਂ ਆਸ-ਪਾਸ ਦੇਖਦੇ ਆ ਤਾਂ ਛੋਟੀ-ਛੋਟੀ ਉਮਰ ਦੇ ਬੱਚੇ 17 17 18 18 ਸਾਲ ਦੇ ਬੱਚੇ ਗਲਤ ਰਾਹਾਂ ਵੱਲ ਤੁਰ ਪਏ ਨੇ ਨਸ਼ਿਆ ਵੱਲ ਜਾਣਾ ਸ਼ੁਰੂ ਕਰਤਾ ਇਹ ਆਪਾਂ ਹੁਣ ਦੇਖਦੇ ਆ ਪਹਿਲਾਂ ਤਾਂ ਆਪਾਂ ਕਦੇ ਸੁਣਿਆ ਵੀ ਨਹੀਂ ਸੀ ਆਪਾਂ ਡਿਪਰੈਸ਼ਨ ਸ਼ਿਪ ਦੇ ਐਵਰੇਜ ਅਬ ਤੱਕ ਦੇ ਪੰਜਾਬ ਦੇ ਵਿੱਚ ਸੁਣਿਆ ਵੀ ਨਹੀਂ ਸੀ ਬਿਲਕੁਲ ਠੀਕ ਹੈ ਤੇ ਇਹ ਦੇਖਦੇ ਆ ਕਿ ਇੱਕਦਮ ਐਵੇਂ ਦਾ ਕੀ ਹੋ ਗਿਆ ਹੂੰ ਤੇ ਲਗਾ ਲਓ ਇਸੇ ਕਰਕੇ ਬੱਚੇ ਮਾਵਾਂ ਤੋਂ ਦੂਰ ਹੋ ਰਹੇ ਨੇ ਪਤਾ ਨਹੀਂ ਨਸ਼ਿਆਵਲ ਤਰਪਈ ਅਜਵਾਨੀ ਹੁਣ ਨਿਮਰਤ ਦੇਖੋ ਤੁਸੀਂ ਵੀ ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿੰਦੇ ਹੋ ਹਨਾ ਤੁਸੀਂ ਵੀ ਉਸੇ ਮਾਹੌਲ 'ਚ ਰਹਿੰਦੇ ਹੋ ਤੇ ਇਸੇ ਮਾਹੌਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਜਿਹੇ ਨੌਜਵਾਨ ਜਿਹੜੇ ਭਟਕ ਜਾਂਦੇ ਨੇ ਨਸ਼ਿਆਂ ਦੇ ਰਾਹ ਤੇ ਚੱਲ ਜਾਂਦੇ ਨੇ ਪਰ ਤੁਸੀਂ ਇੱਕ ਚੰਗੇ ਰਾਹ ਤੇ ਹੋ ਆਪਣੇ ਮਾਪੇ-ਮਾਪ ਦੀ ਇੰਨੀ ਜ਼ਿਆਦਾ ਇੱਜ਼ਤ ਕਰਦੇ ਹੋ ਆਪਣੀ ਪੱਗ ਨੂੰ ਲਾ ਕੇ ਲੈ ਕੇ ਇੰਨੇ ਸੋਹਣੇ ਤੁਹਾਡੇ ਵਿਚਾਰ ਨੇ ਮਤਲਬ ਕੀ ਲੱਗਦਾ ਕਿ ਕੀ ਕਮੀ ਰਹਿ ਜਾਂਦੀ ਹੈ ਕਿ ਉਹ ਜਿਹੜੇ ਬੱਚੇ ਭਟਕ ਜਾਂਦੇ ਨੇ ਦੇਖੋ ਜੀ ਕਮੀ ਤਾਂ ਫਿਰ ਇਹਦੇ ਵਿੱਚ ਕੀ ਕਹਿ ਸਕਦੇ ਆ ਥੋੜੀ ਜੀ ਅਨਗਹਿਲੀ ਹੁੰਦੀ ਹੈ ਹੂੰ ਇੱਕ ਵਾਰ ਦੇ ਚੱਕਰ ਦੇ ਵਿੱਚ ਸਭ ਵਿਗੜ ਜਾਂਦਾ ਮੈਂ ਲਗਾ ਲੋ ਅੱਜ ਵੀ ਜਿੱਥੇ ਮਰਜੀ ਜਾਣਾ ਮੈਨੂੰ ਜਿਵੇਂ ਕੋਈ ਸਕੂਲਸ ਦੇ ਵਿੱਚ ਬੁਲਾਣੇ ਆ ਕਿ ਬੱਚਿਆਂ ਨੂੰ ਆਕੇ ਥੋੜਾ ਬਹੁਤ ਦੱਸੋ ਕਿ ਮੈਂ ਬਹੁਤ ਜ਼ਿਆਦਾ ਵੱਡਾ ਨਹੀਂ ਹਲੇ ਤੁਸੀਂ ਜਾਣਦੇ ਹੋ ਸਕੂਲਾਂ ਦੇ ਹਾਂਜੀ ਮੈਂ ਹੋਰ ਸਕੂਲਸ ਦੇ ਵਿੱਚ ਮੈਨੂੰ ਬੁਲਾਣੇ ਆ ਕਿ ਬੱਚਿਆਂ ਨੂੰ ਕੁਝ ਦੱਸੋ ਮੋਟੀਵੇਸ਼ਨ ਕਰੋ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਤਾਂ ਮੈਂ ਬਸ ਜਾ ਕੇ ਤਿੰਨ ਗੱਲਾਂ ਕਿਹਾ ਨਾ ਹੂੰ ਜਿਹੜੀ ਪਹਿਲਾਂ ਤਾਂ ਦੋ ਗੱਲਾਂ ਕਹੀਆਂ ਆਪ ਤੇ ਭਰੋਸਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਦੂਜੀ ਚੀਜ਼ ਆਪਣੀ ਸੁਪਰ ਪਾਵਰ ਉੱਤੇ ਭਰੋਸਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੀਜੀ ਚੀਜ਼ ਕਰ ਲਓ ਬਸ ਸਵੇਰੇ ਉੱਠਦੇ ਆਪਣੇ ਮਮਾ ਪਾਪਾ ਦੇ ਪੈਰੀ ਹੱਥ ਲਾਓ ਆਪਣੇ ਵੱਡਿਆਂ ਦੇ ਪੈਰੀ ਹੱਥ ਲਾਓ ਜੇ ਤੁਸੀਂ ਇਹ ਤਿੰਨ ਕੰਮ ਕਰ ਲੈਣਾ ਤੁਸੀਂ ਦੁਨੀਆ ਜਿੱਤ ਲਓਗੇ ਬਿਲਕੁਲ ਜਿੱਥੇ ਵੀ ਜਾਣਾ ਚਾਹੁੰਦੇ ਹੋ ਕੁਝ ਵੀ ਕਰਨਾ ਚਾਹੁੰਦੇ ਹੋ ਇਹ ਤਿੰਨ ਗੱਲਾਂ ਕਰ ਲਓ ਹੂੰ ਜਿਵੇਂ ਆਪਣੇ ਕੋਈ ਵੱਡਿਆਂ ਨੂੰ ਕਹਿਣਾ ਜੋਬ ਇੰਟਰਵਿਊ ਦੇਣ ਜਾਣੇ ਕੁਝ ਵੀ ਕਰਨ ਜਾਣੇ ਇਹ ਤਿੰਨ ਗੱਲਾਂ ਨੂੰ ਫੋਲੋ ਕਰ ਲਓ ਹੂੰ ਤੁਸੀਂ ਆਪੇ ਸਭ ਕੁਝ ਕਰ ਲਓਗੇ ਬਾਕੀ ਅੰਗੇਲੀ ਦੀ ਗੱਲ ਕਰ ਰਹੇ ਸੀ ਕਿ ਬਸ ਆਹੀ ਕਹਿ ਸਕਦੇ ਆ ਕਿ ਬੱਚੋ ਇਸ ਗੱਲਾਂ ਤੋਂ ਬਿਲਕੁਲ ਹਲੇ ਮੈਂ ਵੀ ਗਰੋਇੰਗ ਏਜ ਦੇ ਵਿੱਚ ਹਾਂ ਮੈਂ ਤਾਂ ਬਸ ਇਹ ਕਹਿ ਸਕਦਾ ਕਿ ਜਿੰਨਾ ਇਹ ਕੰਮਾਂ ਤੋਂ ਦੂਰ ਰਹੀਏ ਬਸ ਕੋਈ ਵੀ ਮਾੜਾ ਕੰਮ ਕਰਨ ਤੋਂ ਪਹਿਲਾਂ ਇਹਨਾਂ ਯਾਦ ਰੱਖੀਏ ਕਿ ਆਪਾਂ ਸਿਰ ਦੇ ਉੱਤੇ ਦਸਤਾਰ ਸਜਾਈ ਹੈ ਤੇ ਆਪਾਂ ਸਿੰਘ ਹੁੰਨੇ ਆ ਤੇ ਕੋਈ ਵੀ ਮਾੜਾ ਕੰਮ ਨਹੀਂ ਕਰਨਾ ਨਿਮਰਤ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਸ ਚੀਜ਼ ਦਾ ਕਿੰਨਾ ਖਿਆਲ ਰੱਖਦਾ ਹੈ ਕਿ ਮੇਰੇ ਸਿਰ ਤੇ ਦਸਤਾਰ ਹੈ ਤੇ ਮੈਂ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਕਿ ਮੇਰੀ ਦਸਤਾਰ ਦੇ ਉੱਤੇ ਜਿਹੜੀ ਉਂਗਲ ਉੱਠ ਜਾਵੇ। ਹਰ ਕੰਮ ਕਰਨ ਤੋਂ ਪਹਿਲਾਂ ਹੀ ਭਾਵੇਂ ਚੰਗਾ ਭਾਵੇਂ ਮਾੜਾ ਹਮੇਸ਼ਾ ਆਹੀ ਮਨ ਦੇ ਵਿੱਚ ਆਉਂਦਾ ਹੈ ਕਿ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਹੈ ਤੇ ਕੁਝ ਵੀ ਕਰਨਾ ਸੋਚ ਸਮਝ ਕੇ ਕਰਨਾ ਹੈ। ਨਿਮਰਤਾ ਆਪਣੇ profession ਤੇ ਪੱਗ ਦੇ ਵਿਚਕਾਰ ਕੰਪਰੋਮਾਈਜ਼ ਕਰ ਸਕਦਾ ਹੈ? ਨਹੀਂ ਜੀ। ਕਦੇ ਵੀ ਨਹੀਂ। ਕਦੇ ਵੀ ਪੱਗ ਨੂੰ ਲੈ ਕੇ ਕੋਈ ਕੰਪਰੋਮਾਈਜ਼ ਜੇ ਕਦੇ ਮੌਕਾ ਮਿਲਦਾ ਹੈ ਦੇਖੋ ਨਿੰਮਿਤ ਇੱਕ ਬੜੀ ਸੋਹਣੀ ਗੱਲ ਮੈਂ ਕਿਤੇ ਪੜ ਰਿਆ ਸੀ ਕਹਿੰਦੇ ਪੁਰਾਣੇ ਟਾਈਮ 'ਚ ਇਹ ਚੀਜ਼ਾਂ ਹੁੰਦੀਆਂ ਸੀ ਕਹਿੰਦੇ ਵੀ ਜੇ ਤੁਸੀਂ ਪੱਗ ਖੋਲੋਗੇ ਤਾਂ ਤੁਹਾਨੂੰ ਐਕਟਰ ਬਣਨ ਦਾ ਮੌਕਾ ਮਿਲੇਗਾ ਜਾਂ ਤੁਸੀਂ ਇੰਡਸਟਰੀ 'ਚ ਆ ਸਕਦੇ ਹੋ ਪਰ ਅੱਜ ਦੇ ਟਾਈਮ 'ਚ ਪੁੱਠਾ ਹੋ ਗਿਆ ਕਹਿੰਦੇ ਜੇ ਤੁਸੀਂ ਪੱਗ ਬਨੋਗੇ ਤਾਂ ਤੁਸੀਂ ਇੰਡਸਟਰੀ 'ਚ ਆ ਸਕਦੇ ਹੋ ਹੁਣ ਵੱਡੇ ਵੱਡੇ ਐਗਜ਼ਾਮਪਲਸ ਨੇ ਦਿਲਜੀਤ ਦੋਸਾਂਝ ਭਾਈ ਐਗਜ਼ਾਮਪਲ ਹੈ ਹੁਣ ਜਿਵੇਂ ਲੇਜੈਂਡ ਸਿੱਧੂ ਮੂਸੇਵਾਲਾ ਐਗਜ਼ਾਮਪਲ ਹੈ ਠੀਕ ਹੈ ਤਰਸੀਮ ਜਸਰ ਨੇ ਉਹਨਾਂ ਨੇ ਪੱਗ ਦਾ ਜਿਹੜਾ ਲਗਾ ਲਓ ਲੋਕਾਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਦੇਖਦੇ ਸੀ ਕਿ ਵਿੱਚ ਮੁੰਡੇ ਵਾਲ ਬਹੁਤ ਜ਼ਿਆਦਾ ਕਟਾਣ ਲੱਗ ਗਏ ਸੀ ਬਿਲਕੁਲ ਠੀਕ ਹੈ ਤੇ ਹੁਣ ਆਪਾਂ ਦੇਖਦੇ ਆ ਕਿ ਲਗਾ ਲੋ ਪੱਗ ਦਾ ਟ੍ਰੈਂਡ ਜਿਹੜਾ ਨਾ ਦੁਬਾਰਾ ਆ ਗਿਆ ਹੈ ਨਵੇਂ-ਨਵੇਂ ਸਟਾਈਲ ਦੀਆਂ ਪੱਗਾਂ ਹੁਣ ਪਿਆਰ ਹੋ ਗਿਆ ਲੋਕਾਂ ਨੂੰ ਪੱਗ ਬੰਨਣਾ ਤੇ ਦੂਰੇ ਹੀ ਬੰਦਾ ਚਮਕਦਾ ਹੈ ਹੁਣ ਬਾਲੀਵੁੱਡ ਦੇ ਵਿੱਚ ਵੀ ਦੇਖੀਏ ਤਾਂ ਇਕੱਲਾ ਦਿਲਜੀਤ ਭਾਈ ਕਿੱਥੇ ਗਿਆ ਬਿਲਕੁਲ ਕੋਈ ਸਮਝ ਨਹੀਂ ਕਿ ਬਾਲੀਵੁੱਡ 'ਚ ਜਦੋਂ ਕਿਸੇ ਸਰਦਾਰ ਬੰਦੇ ਨੂੰ ਲੈਣਾ ਇਹਦਾ ਮਤਲਬ ਇਹ ਸਵੀਕੇ ਕੋਈ ਕਾਮੇਡੀ ਚੀਜ਼ ਹੋਵੇਗੀ ਜਿਸ ਕਰਕੇ ਸਰਦਾਰ ਬੰਦੇ ਨੂੰ ਲਿਆ ਜਾਂਦਾ ਹੈ ਉਹਦੇ ਵਿੱਚ ਵੀ ਨਕਲੀ ਸਰਦਾਰ ਬਣਾਏ ਜਾਂਦੇ ਸੀ ਤੇ ਸਰਦਾਰਾਂ ਦਾ ਮਜ਼ਾਕ ਹੀ ਬਣਦਾ ਸੀ ਬਟ ਹੁਣ ਵੇਖਦੇ ਆ ਤੇ ਲਗਾ ਲਓ ਤੇ ਇੱਕ ਬੜੀ ਸੋਹਣੀ ਗੱਲ ਹੋਰ ਸੁਣੀ ਸੀ ਕਹਿੰਦੇ ਪਾਕਿਸਤਾਨ ਦੇ ਵਿੱਚ ਨਾ ਜਿਹੜੇ ਦੁਕਾਨਦਾਰ ਨੇ ਨਾ ਉਹ ਆਪਣੀ ਦੁਕਾਨਾਂ ਦੇ ਵਿੱਚ ਪੱਗ ਬੰਨ ਕੇ ਬੰਦੇ ਨੇ ਕਿ ਜਦੋਂ ਵੀ ਕੋਈ ਬਾਹਰ ਹੁਣ ਉੱਥੋਂ ਦਾ ਹੀ ਭਾਵੇਂ ਕੋਈ ਕਸਟਮਰ ਹੋਵੇ ਉਹ ਸਰਦਾਰ ਬੰਦੇ ਤੇ ਜ਼ਿਆਦਾ ਭਰੋਸਾ ਕਰਦਾ ਤੇ ਇਹ ਚੀਜ਼ ਲੈ ਕੇ ਆਉਣ ਲਈ ਬਣਾਉਣ ਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਤੇ ਅੱਜਕੱਲ ਦੇ ਬੱਚੇ ਕੀ ਕਰੀ ਜਾਂਦੇ ਨੇ ਤੇ ਇੱਕ ਹੋਰ ਗੱਲ ਬਈ ਤੁਸੀਂ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਮਿਲੇ ਸੀ ਕਿ ਮੇਰੇ ਆ ਬਹੁਤ ਵਧੀਆ ਲੱਗਿਆ ਜੀ ਹੂੰ ਫਾਦਰ ਸਾਹਿਬ ਨੂੰ ਮਿਲੇ ਹਾਂਜੀ ਫਾਦਰ ਸਾਹਿਬ ਨੂੰ ਮਿਲੇ ਸੀ ਛੋਟੇ ਸਿੱਧੂ ਨੂੰ ਮਿਲੇ ਇਹ ਛੋਟੇ ਉਦੋਂ ਲਗਾ ਲਓ ਬਾਹਰ ਨਿਊਜ਼ ਨਹੀਂ ਆਈ ਸੀ ਤਾਂ ਉਹਨਾਂ ਦੇ ਮੰਮਾ ਨੂੰ ਵੀ ਨਹੀਂ ਮਿਲੇ ਸੀ ਸਿਰਫ ਫਾਦਰ ਸਾਹਿਬ ਨੂੰ ਮਿਲੇ ਸੀ ਹੂੰ ਤੇ ਤੁਸੀਂ ਸਿੱਧੂ ਮੂਸੇ ਵਾਲੇ ਨੂੰ ਕਦੇ ਮਿਲੇ ਹੋ ਨਹੀਂ ਸਿੱਧੂ ਭਾਈ ਨੂੰ ਮਿਲਣ ਦਾ ਬੋਕਾ ਨਹੀਂ ਮਿਲੇ ਇੱਕ ਫਿਲਮ ਆਈ ਸੀ ਮੂਸਾ ਜੱਟ ਹੂੰ ਉਦੇ ਵਿੱਚ ਫਿਰ ਮੇਰਾ ਰੰਗ ਥੋੜਾ ਜਿਆਦਾ ਗੋਰਾ ਸੀ ਉਹਨਾਂ ਨੂੰ ਬੱਚਾ ਥੋੜਾ ਫੇਅਰ ਚਾਹੀਦਾ ਸੀ ਤਾਂ ਚਲੋ ਮੇਰਾ ਬ੍ਰਦਰ ਹੀ ਗਿਆ ਸੀ ਸਮੀਪ ਪ੍ਰਵਾਤ ਹੂੰ ਹੂੰ ਤੇ ਉਹਨੇ ਜਾ ਕੇ ਕੰਮ ਕੀਤਾ ਸੀ ਠੀਕ ਹੈ ਤੇ ਜੇ ਤੁਸੀਂ ਮੁੱਸੇ ਵਾਲੇ ਨੂੰ ਮਿਲਦੇ ਤਾਂ ਕੀ ਤੁਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਹਿਣਾ ਚਾਹੁੰਦੇ ਦੇਖੋ ਜੀ ਪੁੱਛਣਾ ਤਾਂ ਬਸ ਇੰਨਾ ਹੀ ਸੀਗਾ ਉਹਨਾਂ ਨੂੰ ਮਿਲਣਾ ਬਹੁਤ ਵੱਡੀ ਗੱਲ ਸੀ ਉਸ ਟਾਈਮ ਤੇ ਕਿ ਬੰਦਾ ਜਿਹੜਾ ਇੰਨੀ ਦੁਨੀਆ ਦੇ ਬੰਦੇ ਰਾਈਜ਼ ਕਰਕੇ ਸੋਚਦੇ ਆ ਕਿ ਆਪਾਂ ਹੁਣ ਬਾਹਰ ਜਾ ਕੇ ਰਹਿ ਲਈਏ ਮੁੰਬਈ ਸ਼ਿਫਟ ਹੋ ਜਾਈਏ ਚੰਡੀਗੜ ਕੋਠੀ ਪਾ ਲਈਏ ਯਾ ਕੈਨੇਡਾ ਜਾ ਕੇ ਰਹਿ ਲਿਓ ਉਹ ਬੰਦਾ ਹਿੱਟ ਹੋ ਕੇ ਆਪਦੇ ਪਿੰਡ ਦਾ ਨਾਮ ਦੇਖੋ ਕਿੱਥੇ ਰੋਸ਼ਨ ਕੀਤਾ ਤੇ ਤੁਹਾਨੂੰ ਸਿੱਧੂ ਮਸੇਵਾਲੇ ਦੀ ਇੱਕ ਤਾਂ ਇਹ ਗੱਲ ਜਿਹੜੀ ਤੁਹਾਨੂੰ ਅੱਛੀ ਲੱਗਦੀ ਸੀ ਹੋਰ ਕਿਹੜੀ ਗੱਲ ਆ ਵਧੀਆ ਲੱਗਦੀ ਸੀ ਦਸਤਾਰ ਨੂੰ ਬਹੁਤ ਉੱਤੇ ਲੈ ਕੇ ਗਏ ਤੇ ਦੂਜੀ ਚੀਜ਼ ਜਿਹੜੀ ਬਹੁਤ ਜੱਗਨ ਲਗਾ ਲਓ ਇਹ ਚੀਜ਼ ਜਿਹੜੀ ਹੁਣ ਮੈਂ ਕਹਿਣ ਲੱਗਾ ਸਭ ਤੋਂ ਵੱਡੀ ਚੀਜ਼ ਹੈ ਸਿੱਧੂ ਮਸੇਵਾਲਾ ਬਾਈ ਆਪ ਤਾਂ ਹਿੱਟ ਹੋਇਆ ਆਪ ਤਾਂ ਲਗਾ ਲਓ ਇੱਕ ਬਹੁਤ ਵੱਡਾ ਮੁਕਾਮ ਤੇ ਪਹੁੰਚੇ ਬਟ ਉਹਨਾਂ ਨੇ ਆਪਣੇ ਮਮਾ ਪਾਪਾ ਨੂੰ ਵੀ ਮੈਨੂੰ ਲੱਗਦਾ ਇੱਕ ਲੋ ਤਾਂ ਆਰਟਿਸਟ ਸੀ ਜਿੰਨਾ ਉਹ ਖੁਦ ਫੇਮਸ ਸੀ ਉੰਨੇ ਜਿਆਦਾ ਮम्मी पापा ਵੀ ਫੇਮਸ ਸੀ ਉਹਨਾਂ ਦੇ ਮਮ ਡਾਡ ਤੇ ਤੁਹਾਡੇ ਨਾਲ ਵੀ ਹਰ ਵਕਤ ਮम्मी ਜਿਹੜੀ ਰਹਿੰਦੇ ਨੇ ਹਰ ਵਕਤ ਹਰ ਜਗ੍ਹਾ ਹਰ ਥਾਂ ਮਮਾ ਪਾਪਾ ਰਹਿੰਦੇ ਰਹਿੰਦੇ ਨੇ ਇਨਸਪਾਇਰ ਹੋਇਆ ਹਾਂ ਇਨਸਪਾਇਰ ਬਸ ਮੈਨੂੰ ਇਨਸਪਾਇਰ ਮੇਰੀ ਮਮ ਕਰਦੇ ਆ ਮੇਰੇ ਫਾਦਰ ਕਰਦੇ ਨੇ ਹਮ ਤੇ ਮਤਲਬ ਬਹੁਤ ਸਾਰੇ ਆਰਟਿਸਟ ਐਦਾਂ ਦੇ ਵੀ ਨਾ ਜਿਹੜੇ ਆਪਣੇ ਫੈਮਿਲੀ ਨੂੰ ਮਤਲਬ ਕਹਿ ਸਕਦੇ ਕਿ ਜਨਤਕ ਨਹੀਂ ਕਰਨਾ ਚਾਹੁੰਦੇ ਉਹ ਨਹੀਂ ਲੋਕਾਂ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਤੁਹਾਡੇ ਦਿਮਾਗ 'ਚ ਨਹੀਂ ਆਉਂਦਾ ਕੁਝ ਦੇਖੋ ਹਲੇ ਤਾਂ ਐਵੇਂ ਦਾ ਦਿਮਾਗ ਦੇ ਵਿੱਚ ਕੁਝ ਆਇਆ ਨਹੀਂ ਕਿਉਂਕਿ ਜਿਹੜੇ ਇਸ ਟਾਈਮ ਨਹੀਂ ਰਿਵੀਲ ਕਰਦੇ ਉਹ ਬਹੁਤ ਜ਼ਿਆਦਾ ਵੱਡੇ ਉੱਚੇ ਮਕਾਮ ਤੇ ਨੇ ਹਲੇ ਤਾਂ ਆਪਾਂ ਹੈਗੀ ਕੁਝ ਨਹੀਂ ਆ ਠੀਕ ਹੈ ਹਲੇ ਤਾਂ ਬਸ ਸ਼ੁਰੂਆਤ ਹੈ اچھا ਜਿਵੇਂ ਨਿਮਰਤ ਨੇ ਦਿਲਜੀਤ ਦੋਸਾਂ ਦੇ ਨਾਲ ਕੰਮ ਕੀਤਾ ਕੀਪੀ ਗਰੇਵਾਲ ਦੇ ਨਾਲ ਕੰਮ ਕੀਤਾ ਤਰਸੇਮ ਜੱਸੜਬਾਈ ਦੇ ਨਾਲ ਕੰਮ ਕੀਤਾ ਜਾਂ ਹੋਰ ਵੀ ਬਹੁਤ ਸਾਰੇ ਆ ਮੈਂ ਨਾਮ ਲਵਾਗਾ ਤੁਸੀਂ ਇਹ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਤੁਸੀਂ ਉਹਨਾਂ ਦੀ ਕਿਹੜੀ ਚੀਜ਼ ਚੋਰੀ ਕਰਨਾ ਚਾਹੋਗੇ ਕਿ ਉਹ ਚੀਜ਼ ਮੇਰੇ ਕੋਲ ਆ ਜਾਵੇ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਦਿਲਜੀਤ ਦਸਾਂਜ ਸੈਂਸ ਆਫ ਹਿਊਮਰ ਠੀਕ ਹੈ ਜੀ ਗਿਪੀ ਕਰੇ ਬਾਈ ਗਿਪੀ ਬਾਈ ਲਗਾ ਲੋ ਉਹ ਹਿਊਮੈਨਿਟੀ ਹਮ ਤੇ ਦੂਜੀ ਚੀਜ਼ ਲਗਾ ਲੋ ਨਿੰਮ ਕੇ ਰਹਿਣਾ ਹਮ ਤੇ ਤਰਸੀਮ ਜਸੜ ਬਾਈ ਤਰਸੀਮ ਜਸੜ ਬਾਈ ਅੱਗ ਦਾ ਸਟਾਈਲ ਹਮ ਗੁਰਪ੍ਰੀਤ ਕੋਗੀ ਗੁਰਪ੍ਰੀਤ ਕੋਗੀ ਬਾਈ ਉਹਨਾਂ ਦੇ ਹਿਸਟਰੀ ਦੀ ਨੋਲੇਜ ਐਮੀ ਵਰਕਰ ਐਮੀ ਵਰਕ ਬਾਈ ਉਹਨਾਂ ਦੇ ਗਾਇਕੀ ਅੱਛਾ ਤੇ ਮਨੂੰ ਹੁਣ ਆਪਾਂ ਥੋੜੀ ਪੰਜਾਬੀ ਇੰਡਸਟਰੀ ਦੀ ਜਿਹੜੀ ਮੁਟਿਆਰਾਂ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕਰਦੇ ਆ ਤੇ ਕਿਹੜੀ ਥੋੜੀ ਫੇਵਰੇਟ ਐਕਟਰੈਸ ਹੈ ਵਸੇ ਐਕਟਰੈਸ ਵਸੇ ਫੇਮਸ ਤਾਂ ਲਗਾ ਲਓ ਲਗਾ ਲਓ ਫੇਵਰੇਟ ਐਕਟਰ ਕਿ ਇਹ ਤਾਂ ਮੈਨੂੰ ਤਾਨਿਆ ਦੀਦੀ ਬਹੁਤ ਪਸੰਦ ਨੇ ਹੂੰ ਤੁਸੀਂ ਮਨੂੰ ਲੱਗਦਾ ਇੱਕ ਇੰਟਰਵਿਊ ਕਿਹਾ ਸੀ ਕਿ ਉਹਨਾਂ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਵੱਡੇ ਹੋ ਕੇ ਕਿਹੜੀ ਐਕਟਰੈਸ ਦੇ ਨਾਲ ਰੋਮਾਂਸ ਕਰਨਾ ਚਾਹੋ ਤੁਸੀਂ ਕਿਹਾ ਤਾਨਿਆ ਦੀਦੀ ਉਹ ਗਲਤੀ ਨਾਲ ਨਿਕਲ ਗਿਆ ਸੀ ਉਹ ਬਸ ਬੋਲਿਆ ਗਿਆ ਕਿਉਂਕਿ ਜਦ ਮਿਲੇ ਮਿਲ ਰਹੇ ਸੀ ਤਾਂ ਮਲੇ ਇੱਕ ਅੱਧੀ ਵਾਰ ਹੀ ਮਿਲੇ ਆ ਕੁਝ ਪ੍ਰੋਮੋਸ਼ਨ ਵਾਸਤੇ ਤਾਂ ਉਧਰ ਤਾਂ ਨਿਆ ਦੀਦੀ ਹੀ ਕਿਹਾ ਸੀ ਤਾਂ ਫਿਰ ਉਹ ਪਹਚਾਨ ਨਿਕਲ ਗਿਆ ਇਹਨਾਂ ਦੀ ਕਿਹੜੀ ਕਿਹੜੀ ਚੀਜ਼ਾਂ ਵਧੀਆ ਲੱਗਦੀਆਂ ਨੇ ਨੀਰੂ ਬਾਜਵਾ ਦੀ ਕਿਹੜੀ ਗੱਲ ਵਧੀਆ ਲੱਗਦੀ ਤੁਹਾਨੂੰ ਸਭ ਤੋਂ ਜ਼ਿਆਦਾ ਨੀਰੂ ਬਾਜਵਾ ਮਾਮ ਦੀ ਗੱਲ ਕਰੀਏ ਤਾਂ ਆਪਾਂ ਵੇਖਦੇ ਆਏ ਆ ਕਿ ਜਦ ਤੋਂ ਸ਼ਾਇਦ ਤੁਸੀਂ ਵੀ ਹਲੇ ਛੋਟੇ ਹੁੰਦੇ ਹੋਵੋਗੇ ਤੇ ਉਹ ਉਦੋਂ ਦੇ ਸਟਾਰਟ ਹੋਈ ਸੀ ਤੇ ਅੱਜ ਵੀ ਐਜ਼ ਅ ਹੀਰੋਇਨ ਹੀ ਹੈ ਤੇ ਉਹਨਾਂ ਦੀ ਜਗ੍ਹਾ ਹਾਲ ਤੱਕ ਕਿਸੇ ਨੇ ਰਿਪਲੇਸ ਨਹੀਂ ਕੀਤੀ ਤੇ ਮੈਨੂੰ ਲੱਗਦਾ ਵੀ ਨਹੀਂ ਕੋਈ ਉਹਨਾਂ ਦੀ ਜਗ੍ਹਾ ਲੈ ਪਾਊਗਾ ਸੋਨਮ ਬਾਜਵਾ ਸੋਨਮ ਬਾਜਵਾ ਉਹਨਾਂ ਦੀ ਐਕਟਿੰਗ ਬਹੁਤ ਵਧੀਆ ਹੈ ਪਹਿਲਾਂ ਤਾਂ ਹੂੰ ਇਹ ਬਾਕੀ ਕਰਿਆ ਨਹੀਂ ਹੋ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਆ ਜਾਂਦੀਆਂ ਨੇ ਸਰਗੁਣ मेहता ਸਰਗੁਣ मेहता ਸਰਗੁਣ मेहता ਉਹਨਾਂ ਦੀ ਤੇ ਕਹਾਲੂ ਐਕਟਿੰਗ ਤਾਂ ਦੇਖੋ ਸਾਰਿਆਂ ਦੀ ਵਧੀਆ ਹੈ ਹੂੰ ਬਾਕੀ ਉਹਨਾਂ ਨੂੰ ਕਦੇ ਮਿਲੇ ਨਹੀਂ ਹੂੰ ਐਕਟਿੰਗ ਹੀ ਕਹਿ ਸਕਦੇ ਐਕਟਿੰਗ ਹੀ ਕਹਿ ਸਕਦੇ ਸਹੀ ਗੱਲ ਆ ਤੇ ਇੱਕ ਹੋਰ ਗੱਲ ਦੱਸੋ ਮੈਨੂੰ ਜਿਵੇਂ ਹੁਣ ਅਜਿਹਾ ਕਿਹੜਾ ਪ੍ਰੋਜੈਕਟ ਹੈ ਜਿਹੜਾ ਨਿਮਰਤ ਕਰਨਾ ਚਾਹੁੰਦਾ ਹੈ ਕਿ ਮੈਂ ਯਾਰ ਇਹ ਚੀਜ਼ ਕਰਨੀ ਆ ਲਾਈਫ ਚ ਦੇਖੋ ਪਹਿਲਾ ਦੋ ਤਰੀਕੇ ਦੇ ਪ੍ਰੋਜੈਕਟ ਮੈਨੂੰ ਦੋ ਡਰੀਮਸ ਨੇ ਇੱਕ ਦੀ ਮੈਂ ਪਹਿਲਾਂ ਹਲੇ ਗੱਲ ਵੀ ਕੀਤੀ ਸੀ ਕਿ ਮੈਂ ਪੰਜਾਬ ਦੀ ਕਹਾਣੀਆਂ ਨੂੰ ਜਿਵੇਂ ਹਰੀ ਸਿੰਘ ਨਲੂਆ ਜੀ ਦੇ ਉੱਤੇ ਫਿਲਮ ਬਣਾਉਣਾ ਚਾਹੁੰਦਾ ਕਿ ਜਿਹਨੇ ਸ਼ੇਰ ਨੂੰ ਢਾਹ ਲਿਆ ਸੀ ਜਬਾੜਾ ਤੋੜਦਾ ਸੀ ਇਹ ਲਗਾ ਲੋ ਆਪਾਂ ਕਹਿੰਦੇ ਆ ਕਿ ਬਾਹੂਬਲੀ ਬਹੁਤ ਵਰੀਆ ਪ੍ਰੋਜੈਕਟ ਹੈ ਬਹੁਤ ਵਰੀਆ ਹੈ ਸਾਡੇ ਪੰਜਾਬ ਕੋਲ ਤਾਂ ਇਹ ਚੀਜ਼ਾਂ ਰਿਐਲਿਟੀ ਦੇ ਵਿੱਚ ਨੇ ਬਿਲਕੁਲ ਜੋ ਉਹ ਲੋਕ ਫਿਕਸ਼ਨ ਦੇ ਵਿੱਚ ਸੋਚਦੇ ਆ ਸਾਡੇ ਪੰਜਾਬ ਕੋਲ ਦੇ ਵਿੱਚ ਉਹ ਸਭ ਕੁਝ ਹੈ ਬਿਲਕੁਲ ਪਰ ਉਹਨਾਂ ਉੱਤੇ ਫਿਲਮਾਂ ਨਹੀਂ ਹੈ ਹਲਕਾ ਹਾਂ ਬੜੀ ਸੋਹਣੀ ਗੱਲ ਕਹੀ ਸੀ ਗੁਰਪ੍ਰੀਤ ਖੁੱਗੀ ਜੀ ਨੇ ਉਹ ਗੱਲ ਕਹਿ ਰਹੇ ਸੀ ਕਿ ਕਿ ਸਾਨੂੰ ਹੀਰੋਆਂ ਦੀ ਲੋੜ ਨਹੀਂ ਸਾਡੇ ਕੋਲ ਪਹਿਲਾਂ ਹੀ ਬਹੁਤ ਨੇ ਤੇ ਜਿਹੜੇ ਹਾਲੀਵੁੱਡ ਵਾਲੇ ਨੇ ਉਹ ਨਕਲੀ ਬਣਾਉਂਦੇ ਨੇ ਤੇ ਸਾਡੇ ਕੋਲ ਤਾਂ ਅਸਲੀ ਸਾਡੇ ਕੋਲ ਤਾਂ ਅਸਲ ਦੇ ਹੀਰੋ ਨੇ ਅਸਲ ਦੇ ਹੀਰੋ ਨੇ ਆਪਾਂ ਇਹ ਚੀਜ਼ ਦਸੀਏ ਸਾਡੇ ਪੰਜਾਬ ਦੇ ਬੱਚਿਆਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਹੈਰੀ ਪੌਟਰ ਸਾਡਾ ਹੀਰੋ ਨਹੀਂ ਹੈ ਸਾਡਾ ਹੀਰੋ ਹਰੀ ਸਿੰਘ ਨਲੂਆ ਹੈ ਬਿਲਕੁਲ ਸਾਡਾ ਹੀਰੋ ਉਦਮ ਸਿੰਘ ਹੈ ਸਾਡਾ ਹੀਰੋ ਭਗਤ ਸਿੰਘ ਹੈ ਬਿਲਕੁਲ ਕਰਤਾਰ ਸਿੰਘ ਸਰਾਭਾ ਸਾਡਾ ਹੀਰੋ ਹੈ ਬਿਲਕੁਲ ਇਹ ਚੀਜ਼ਾਂ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਨੇ ਅੱਛਾ ਜਦੋਂ ਹੁਣ ਨਿਮਰਤ ਮਤਲਬ ਪਹਿਲਾਂ ਤਾਂ ਬਹੁਤ ਵਧੀਆ ਗੱਲ ਲੱਗੀ ਮਨ ਨੂੰ ਤੁਹਾਡੇ ਤੁਹਾਡੀ ਇਹ ਕਿ ਤੁਸੀਂ ਆਪਣੀ ਜੜ੍ਹਾਂ ਦੇ ਨਾਲ ਬੜਾ ਜੁੜੇ ਹੋਇਆ ਮੈਨੂੰ ਲੱਗਦਾ ਤੁਹਾਡਾ ਖੁਦ ਦਾ ਇੰਟਰਸਟ ਹੈ ਜਾਂ ਮਾਪੇ ਬਾਪ ਦੀ ਦਿੱਤੀ ਹੋਈ ਸਿੱਖਿਆ ਹੈ ਉਹਨਾਂ ਦੁਆਰਾ ਤੁਹਾਨੂੰ ਇਹ ਸਾਰੀ ਚੀਜ਼ਾਂ ਦੱਸੀਆਂ ਗਈਆਂ ਦੇਖੋ ਹਲੇ ਦੱਸਿਆਂ ਇਹ ਗੱਲਾਂ ਜਦ ਪਾਪਾ ਗੱਲ ਕਰਦੇ ਨੇ ਮੇਰੇ ਪਾਪਾ ਨੂੰ ਲਗਾ ਲੋ ਪੰਜਾਬ ਬਾਰੇ ਬਹੁਤ ਨੌਲੇਜ ਹੈ ਹੂੰ ਤੇ ਉਹ ਲਗਾ ਲੋ ਕਹਿੰਦੇ ਉਹਨਾਂ ਦੇ ਖੂਨ ਦੇ ਵਿੱਚ ਨੌਲੇਜ ਵਗਦੀ ਹੈ ਕਿ ਇਹ ਚੀਜ਼ਾਂ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੀ ਹਿਸਟਰੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਯੋਕੀ ਸਾਡੀ ਹਿਸਟਰੀ ਦੇ ਬਾਰੇ ਗੱਲ ਕਰੀਏ ਜਿਹੜੀ ਕਿਤੇ ਲਗਾ ਲੋ ਟੈਕਸਟ ਬੁੱਕਸ ਜਾਂ ਐਨਸੀਆਰਟੀਸ ਵਿੱਚ ਪੜਾਈ ਨਹੀਂ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਕੀ ਕਿਹਾ ਜਾਏ ਤਾਂ ਲਗਾ ਲੋ ਵਰਲਡ ਦੇ ਵਿੱਚ ਸਭ ਤੋਂ ਬੈਸਟ ਕਿੰਗ ਉਹਨਾਂ ਨੂੰ ਕਿਹਾ ਜਾਂਦਾ ਹੈ ਬਿਲਕੁਲ ਜਿਹੜੇ ਆਪਣੀ ਲਾਈਫ ਦੇ ਵਿੱਚ ਇੱਕ ਵੀ ਜੰਗ ਨਹੀਂ ਹਾਰੇ ਬਿਲਕੁਲ ਤੇ ਨਿਮਰਤਾ ਹੁਣ ਮਾਨੂੰ ਇਹਦਾ ਦੱਸੋ ਜਿਵੇਂ ਤੁਹਾਡਾ ਡ्रेसਿੰਗ ਸੈਂਸ ਬੜਾ ਸੋਹਣਾ ਹੈ ਕਿਹਨੂੰ ਫੋਲੋ ਕਰਦੇ ਹੋ ਫੋਲੋ ਤਾਂ ਦੇਖੋ ਉੰਜ ਕਿਹਾ ਜਾਵੇ ਤਾਂ ਸਾਰਿਆਂ ਦੇ ਵਿੱਚ ਕੁਛ ਨਾ ਕੁਛ ਜਿਵੇਂ ਦਿਲਜੀਤ ਬਾਈ ਦੇ ਵਿੱਚ ਉਹਨਾਂ ਦੇ ਰਹਿਣ ਸੈਣ ਦਾ ਤਰੀਕਾ ਉਹਨਾਂ ਦਾ ਡ्रेसਿੰਗ ਸੈਂਸ ਜਿਹੜਾ ਹੈ ਸਭ ਤੋਂ ਬੈਸਟ ਹੈ ਇਹ ਕਿਹਾ ਜਾਵੇ ਪੰਜਾਬ ਦੇ ਵਿੱਚ ਤਾਂ ਮੇਨਲੀ ਤਾਂ ਉਹਨਾਂ ਨੂੰ ਹੀ ਫੋਲੋ ਕਰੀਦਾ ਬਾਕੀ ਕਪੜੇ ਵਗੈਰਾ ਮੇਰੇ ਮਮ ਡਿਜ਼ਾਈਨ ਕਰਦੇ ਨੇ ਤਾਂ ਉਸ ਹਿਸਾਬ ਨਾਲ ਕਪੜੇ ਪਾਣੇ ਆ ਅੱਛਾ ਤੁਹਾਡੇ ਮਮ ਡਿਜ਼ਾਈਨ ਕਰਦੇ ਨੇ ਇਹ ਬਲੇ ਮਮ ਇਹ ਸਿਲੈਕਟ ਕਰਦੇ ਕਿ ਇਸ ਜਗ੍ਹਾ ਦੇ ਸਾਹਮਣੇ ਨਾਲ ਆਪਾਂ ਐਵੇਂ ਪਾ ਸਕਦੇ ਹਾਂ ਤੇ ਇਹਦੇ ਨਾਲ ਆਪ ਪੱਗ ਜੱਜ ਸਕਦੀ ਹੈ ਫਿਰ ਜਿਵੇਂ ਨਵੇਂ ਰੰਗ ਦੀ ਪੱਗਾ ਲੈਣਾ ਤੇ ਪੂਰੇ ਪਰਿਵਾਰ ਦੀ ਮਦਦ ਦੇ ਨਾਲ ਤੁਸੀਂ ਸਾਰੀ ਚੀਜ਼ਾਂ ਕਰਦੇ ਹੋ ਇਕੱਲੇ ਇਕੱਲੇ ਬੰਦੇ ਦਾ ਹਰੇਕ ਰੋਲ ਹੈ ਸਾਰਿਆਂ ਦਾ ਆਪਣਾ ਆਪਣਾ ਰੋਲ ਹੈ ਜਿਵੇਂ ਫਿਲਮ ਦੇ ਵਿੱਚ ਲਗਾ ਲਓ ਕਿਸੇ ਵੀ ਕਰੈਕਟਰ ਦੇ ਬਿਨਾ ਫਿਲਮ ਪੂਰੀ ਨਹੀਂ ਹੁੰਦੀ ਨਾ ਡਾਇਰੈਕਟਰ ਦੇ ਬਿਨਾ ਫਿਲਮ ਪੂਰੀ ਹੁੰਦੀ ਹੈ ਨਾ ਰਾਈਟਰ ਦੇ ਬਿਨਾ ਫਿਲਮ ਪੂਰੀ ਹੁੰਦੀ ਹੈ ਬਸ ਸਾਡੀ ਜ਼ਿੰਦਗੀ ਵੀ ਐਵੇਂ ਹੀ ਹੈ ਅੱਛਾ ਇੰਡਸਟਰੀ 'ਚ ਕੋਈ ਐਦਾਂ ਦਾ ਐਕਟਰ ਐਕਟ੍ਰੈਸ ਹੈ ਜਿਹ ਤੋਂ ਨਿਮਰਤ ਨੂੰ ਡਰ ਲੱਗਦਾ ਦਾਰੇ ਦਾ ਅੱਧ ਸਵਾ ਬੜਾ ਅੜਬ ਜਿਆ ਯਾਰ ਕਿ ਜਿਵੇਂ ਨਿਰਮਲ ਰਿਸ਼ੀ ਮੈਮ ਥੋੜੇ ਫਿਲਮਾਂ ਚ ਉਹਦਾ ਦੇ ਰੋਲ ਅਦਾ ਕਰਦੇ ਨੇ ਹਨਾ ਜਿਵੇਂ ਸੱਚੀ ਤੇ ਉਹਨਾਂ ਦੇ ਕੋਲ ਜਾਣ ਨੂੰ ਬੰਦਾ ਥੋੜਾ ਉਹਨਾਂ ਦੇ ਬਾਰੇ ਗੱਲ ਕਰੀਏ ਤਾਂ ਉਹਨਾਂ ਨਾਲ ਦੋ ਫਿਲਮਾਂ ਕੀਤੀਆਂ ਇੱਕ ਮਾਂ ਕੀਤੀ ਹੈ ਰੱਬ ਦਾ ਰੇਡੀਓ ਕੀਤੀ ਹੈ ਰੱਬ ਦਾ ਰੇਡੀਓ ਦੇ ਟਾਈਮ ਤੇ ਵੀ ਥੋੜਾ ਡਰ ਲੱਗਿਆ ਸੀਗਾ ਮਤਲਬ ਉਹੀ ਸ਼ਹਿਰ ਐਵੇਂ ਦੇ ਜਿੰਨਾ ਤੋਂ ਹਲੇ ਵੀ ਡਰ ਲੱਗਦਾ ਥੋੜਾ ਬਹੁਤ ਕਿ ਮੈਮ ਜਿਵੇਂ ਐਕਟਿੰਗ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਬਾਕਮਾਲ ਐਕਟ੍ਰੈਸ ਨੇ ਬਿਲਕੁਲ ਤੇ ਜੇ ਕੁਛ ਟਾਈਮ ਪਹਿਲਾਂ ਦੀ ਗੱਲ ਕਰੀ ਤਾਂ ਐਵੇਂ ਦੀ ਕੋਈ ਫਿਲਮ ਹੁੰਦੀ ਨਹੀਂ ਸੀ ਜਿਹਦੇ ਵਿੱਚ ਮਾਮਨਾ ਹੋਣ ਬਿਲਕੁਲ ਤੇ ਉਹਨਾਂ ਤੋਂ ਥੋੜਾ ਡਰ ਹਲੇ ਵੀ ਲੱਗਦਾ ਹੈ ਮੇਰੇ ਖਿਆਲ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਮੋਸਟ ਆਫ ਦਾ ਐਕਟਰਸ ਨੂੰ ਹਲੇ ਵੀ ਉਹਨਾਂ ਤੋਂ ਡਰ ਲੱਗਦਾ ਹੋਊਗਾ ਹੂੰ ਜਿਵੇਂ ਤੁਸੀਂ ਐਜ਼ ਅ ਚਾਈਲਡ ਐਕਟਰ ਕੰਮ ਕਰਦੇ ਸੀ ਚਲੋ ਹੁਣ ਤੁਸੀਂ ਵੱਡੇ ਹੋ ਗਏ ਹੋ ਹਨਾ ਤਾਂ ਥੋੜਾ ਬੋ ਤਾਂ ਉਹ ਹੁੰਦਾ ਸੀ ਕਿ ਜਿਵੇਂ ਬੱਚਾ ਹੈ ਤੁਹਾਡੇ ਨਾਲ ਟਰੀਟ ਜਿਹੜਾ ਉਹਨਾਂ ਦਾ ਹੁੰਦਾ ਸੀ ਬਾਕੀ ਐਕਟਰਾਂ ਦਾ ਥੋੜਾ ਅੱਡ ਹੁੰਦਾ ਸੀ ਕਿ ਨਹੀਂ ਦੇਖੋ ਬੱਚਿਆਂ ਨਾਲ ਟ੍ਰੀਟ ਕਰਗੇ ਤਾਂ ਤੇਰੇ ਤੰਗ ਕੀਤਾ ਕਿਸੇ ਨੇ ਜਿਵੇਂ ਆਪਾਂ ਨੋਰਮਲ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਬੱਚਿਆਂ ਨੂੰ ਥੋੜਾ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਕਦੇ ਕਿਸੇ ਨੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਐ ਉਂਝ ਕਦੇ ਤੰਗ ਤਾਂ ਨਹੀਂ ਕੀਤਾ ਕਿਉਂਕਿ ਬੱਚਿਆਂ ਦੇ ਨਾਲ ਜਿਹੜਾ ਟ੍ਰੀਟ ਹੁੰਦਾ ਨਾ ਉਹ ਸਭ ਤੋਂ ਬੈਸਟ ਟ੍ਰੀਟਮੈਂਟ ਹੁੰਦਾ ਹੈ ਬਿਲਕੁਲ ਇੱਕ ਬੱਚਿਆਂ ਦੇ ਨਾਲ ਤੇ ਇੱਕ ਜਿਹੜਾ ਬਹੁਤ ਵੱਡਾ ਸੁਪਰਸਟਾਰ ਹੁੰਦਾ ਹ ਹ ਤੇ ਕਿਉਂਕਿ ਬੱਚਿਆਂ ਨੂੰ ਮਨਾਈ ਰੱਖਣਾ ਜਿਹੜੀ ਚੀਜ਼ ਖੈਣੀ ਹੋ ਸਾਹਮਣੇ ਮਿਲ ਜਾਣੀ ਤਾਂ ਉਹ ਟ੍ਰੀਟਮੈਂਟ ਬਹੁਤ ਬੈਸਟ ਹੁੰਦਾ ਹੈ ਗੱਲ ਉਹ ਖਲੇ ਵੀ ਅੰਦਰੋਂ ਵੇਟ ਰਹੀ ਦੀ ਯਾਰ ਕੋਈ ਫਿਲਮ ਆਏ ਤੇ ਨਿਕਲੀ ਏ ਕਿਉਂਕਿ ਉਥੇ ਮਜ਼ਾ ਬਹੁਤ ਆਉਂਦਾ ਹੁਣ ਜਿਵੇਂ ਮੈਂ ਕੁਝ ਫਿਲਮਾਂ ਦੀ ਗੱਲ ਕਰਾਂ ਨਾ ਮੈਨੂੰ ਸ਼ਾਵਨੀ ਗਿਰਧਾਰੀ ਲਾਲ ਦਾ ਸੈੱਟ ਬਹੁਤ ਪਸੰਦ ਸੀਗਾ ਕਿਉਂਕਿ ਉਹ ਇੱਕ ਐਵੇਂ ਦਾ ਪ੍ਰੋਜੈਕਟ ਸੀਗਾ ਜਿਦੇ ਵਿੱਚ 7 ਤੋਂ 8 ਤਾਂ ਹੀਰੋਇਨਾ ਸੀਗੀਆਂ ਉਸ ਤੋਂ ਬਾਅਦ ਫਿਰ ਸਾਰੇ ਮਿਲ ਕੇ ਹੀਰੋਇਨਾ ਕਰਕੇ ਵਧੀਆ ਸੀ ਹਾਂਜੀ ਹੀਰੋਇਨਾ ਕਰਕੇ ਵਧੀਆ ਸੀ ਹੀਰੋਇਨਾ ਕਰਕੇ ਵਧੀਆ ਨਹੀਂ ਸੀ ਗੱਲ ਉਹਦੀ ਸਟਾਰ ਕਾਸਟ ਬਹੁਤ ਵੱਡੀ ਸੀ ਹਮ ਸਾਰੀਆਂ ਵੱਡੀਆਂ ਐਕਟ੍ਰੈਸ ਐਕਟ੍ਰੈਸ ਹੋ ਗਈਆਂ ਉਸ ਤੋਂ ਬਾਅਦ ਗਿੱਪੀ ਬਾਈ ਹੋ ਗਏ ਕਰਮਜੀਤ تنਮੋਲ ਬਾਈ ਕੁਗੀ ਪਾਜੀ ਉਸ ਤੋਂ ਬਾਅਦ ਬਹੁਤ ਵੱਡੀ ਸਟਾਰ ਕਾਸਟ ਛੋਡੇ ਨਾਲ ਕਿਦਾਂ ਦਾ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਰਹਿੰਦਾ ਦੇਖੋ ਜੀ ਵਿਆਹ ਵਾਲਾ ਮਾਹੌਲ ਚੱਲਦਾ ਜਿਵੇਂ ਵਿਆਹ ਚੱਲਦਾ ਨਾ ਐਗਜ਼ੈਕਟਲੀ ਉਹਦਾ ਮਾਹੌਲ ਸੀਗਾ ਤੇ ਸਾਰਿਆਂ ਦਾ ਸੁਭਾਅ ਬਹੁਤ ਵਧੀਆ ਤੁਸੀਂ ਕਦੇ ਤੰਗ ਕੀਤਾ ਕਿਸੇ ਨੂੰ ਕਦੇ ਕਿਸੇ ਨਾਲ ਕੋਈ ਸ਼ਰਾਰਤ ਕੀਤੀ ਸ਼ਰਾਰਤ ਜਿਵੇਂ ਦਿਲਨੂਰ ਸੀ ਜੀ ਉਸ ਟਾਈਮ ਤੇ ਮੇਰੇ ਨਾਲ ਤੇ ਕਾਫੀ ਕੁਝ ਆਪ ਸਾਡੀ ਲੜਾਈ ਬਹੁਤ ਹੁੰਦੀ ਸੀ ਆ ਆਪਸ ਦੇ ਵਿੱਚ ਅੱਛਾ ਜੀ ਤਾਂ ਬਹੁਤ ਲੜੇ ਆਪਾਂ ਉਦੋਂ ਜਿਵੇਂ ਸਪੋਜ਼ ਕਰੋ ਕੁਝ ਦਿਨ ਉਹਦਾ ਵਿੱਚ ਆਫ ਸੀਗਾ ਤਾਂ ਤਿੰਨ ਚਾਰ ਦਿਨ ਆਫ ਸੀ ਮੈਨੂੰ ਐ ਹੁੰਦਾ ਸੀ ਮੈਂ ਲੜਾਈ ਕੀ ਨਾਲ ਖਰਾਬ ਅੱਛਾ ਮਤਲਬ ਉੰਜ ਭੈਣ ਭਰਾ ਵਰਗਾ ਪਿਆਰ ਹੈ ਕਿ ਉਹ ਲੜਾਕੇ ਤੁਸੀਂ ਲੜਾਕੇ ਉੰਜ ਜਿਵੇਂ ਉਦੋਂ ਤਾਂ ਛੋਟੇ ਸੀਗੇ ਥੋੜਾ ਬਹੁਤ ਤਾਂ ਛੋਟੀ ਮਾੜੀ ਮੋਟੀ ਚੀਜ਼ਾਂ ਲੈ ਕੇ ਲੜਾਈ ਹੋਣਾ ਉਹ ਨਾਰਮਲ ਜੀ ਚੀਜ਼ਾਂ ਸੀਗਾ ਜਿਵੇਂ ਮੇਰਾ ਇੰਡਸਟਰੀ ਦੇ ਵਿੱਚ ਗੱਲ ਕਰੀਏ ਮੇਰਾ ਸਮੀ ਪ੍ਰਨੋਰਥ ਨਾਲ ਬਹੁਤ ਜ਼ਿਆਦਾ ਪਿਆਰ ਹੈ ਸ਼ੁਰੂ ਤੋਂ ਆਪਾਂ ਇਕੱਠੇ ਫਿਲਮ ਕੀਤੀ ਮਾਂ ਤੇ ਆਪਾਂ ਬ੍ਰਦਰਸ ਬਣੇ ਸੀ ਤੇ ਆਪਾਂ ਰਿਐਲਿਟੀ ਦੇ ਵਿੱਚ ਵੀ ਹਾਂ ਸਾਡੇ ਦੋਵਾਂ ਦਾ ਐਵੇਂ ਹੈ ਕਿ ਜੇ ਆਪਾਂ ਕੁਝ ਬਣਨਾ ਹੈ ਨਾ ਤਾਂ ਇਕੱਠੇ ਸਟੈਪਸ ਚੜਨੇ ਆ ਤੇ ਇਕੱਠੇ ਅੱਗੇ ਉੱਭਰਨਾ ਹੈ। ਮਤਲਬ ਥੋੜੀ ਯਾਰੀ ਦੋਸਤੀ ਵੀ ਹੈ ਤੇ ਭਾਈਆਂ ਦੀ ਤਰ੍ਹਾਂ ਇੱਕ ਦੂਜੇ ਦੇ ਨਾਲ ਵਿਚਰਦੇ ਹੋ। ਅੱਛਾ ਯਾਰੀ ਦੋਸਤੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ? ਮਤਲਬ ਜੈਸੇ ਪਹਿਲਾਂ ਤੁਹਾਡੇ ਸਕੂਲ ਦੀ ਗੱਲ ਕਰਦੇ ਆਂ ਜਦੋਂ ਸਕੂਲ ਦੇ ਵਿੱਚ ਜਾਨੇ ਸਪੈਸ਼ਲ ਟ੍ਰੀਟਮੈਂਟ ਮਿਲਦਾ ਥੋੜਾ ਜਿਹਾ। ਸਪੈਸ਼ਲ ਟ੍ਰੀਟ ਦੇਖੋ ਜੀ ਦੋਸਤਾਂ ਦੀ ਗੱਲ ਕਰੀਏ ਫਿਰ ਉਹ ਦੋਸਤੀ ਨਹੀਂ ਹੁੰਦਾ ਜਿਹੜਾ ਸਪੈਸ਼ਲ ਟ੍ਰੀਟਮੈਂਟ ਕਰ ਰੇ ਮਤਲਬ ਦੋਸਤ ਆ ਉਹ ਹੁੰਦਾ ਹੈ ਜਿਹੜਾ ਕਹੇ ਭਾਈ ਤੂੰ ਸਹੀ ਕਰ ਰਿਹਾ ਹੈ ਤੂੰ ਗਲਤ ਕਰ ਰਿਹਾ ਹੈ। ਹੂੰ। ਦੋਸਤ ਤੁਹਾਡੇ ਨਾਲ ਸਟ੍ਰੇਟ ਤੇ ਦੂਜੀ ਜੀ ਯਾਰੀ ਦੇ ਵਿੱਚ ਕਦੇ ਵੀ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਹਾਂਜੀ ਤੇ ਮੇਰੀ ਗੱਲ ਸੁਣੋ ਜਿਵੇਂ ਤੁਸੀਂ ਇੱਕ ਵੱਡੇ ਵੱਡੇ ਸਟਾਰਾਂ ਦੇ ਨਾਲ ਕੰਮ ਕਰ ਚੁੱਕੇ ਹੋ ਕਦੇ ਯਾਰਾਂ ਦੋਸਤਾਂ ਨੇ ਇਸ ਚੀਜ਼ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਆਪਾਂ ਸਾਡੇ ਸਕੂਲ ਦੀ ਗੱਲ ਕਰ ਲਈ ਤਾਂ ਅਸੀਂ ਸਕੂਲ 'ਚ ਕੋਈ ਕੰਮ ਕਰਨਾ ਤੇ ਟੀਚਰ ਤੋਂ ਕੰਮ ਕਢਾਉਣਾ ਤੇ ਕਹਿ ਦੇਣਾ ਕਿ ਮੈਮ ਅਸੀਂ ਉਹ ਕੀਤਾ ਸੀ ਤੁਸੀਂ ਕਦੇ ਇਸ ਚੀਜ਼ ਦਾ ਫਾਇਦਾ ਚੱਕਿਆ ਯਾਰਾਂ ਦੋਸਤਾਂ ਨੇ ਕਿਹਾ ਕਿ ਯਾਰ ਨਿਮਰਤਾ ਤੂੰ ਕਹ ਦੇ ਯਾਰ ਮੈਡਮ ਕਰ ਦੇਣਗੇ ਇਹ ਹਲ ਟੈਕ ਤਾਈ ਹਾਰੀ ਦਾ ਇਹ ਨਾ ਫਾਇਦਾ ਚੱਕਿਆ ਨਹੀਂ ਕਿਉਂਕਿ ਇਹਨੂੰ ਫਾਇਦਾ ਚੱਕਣਾ ਨਹੀਂ ਕਹਿ ਸਕਦੇ ਮਤਲਬ ਉਦਾਂ ਹੁੰਦਾ ਕਿ ਚਲ ਇਹਦੀ ਟੀਚਰ ਜ਼ਿਆਦਾ ਸੁਣਦੇ ਨੇ ਨਹੀਂ ਐਵੇਂ ਤਾਂ ਕਦੇ ਕੁਝ ਨਹੀਂ ਹੋਇਆ ਜਿੰਨੀਕ ਡਾਂਟ ਉਹਨਾਂ ਨੂੰ ਪੈਂਦੀ ਓਨੀਕ ਡਾਂਟ ਮੈਨੂੰ ਪੈਂਦੀ ਹੈ ਅੱਛਾ ਮਤਲਬ ਕੋਈ ਪੇਦ ਪਾਵ ਨਹੀਂ ਕੋਈ ਪੇਦ ਪਾਵ ਨਹੀਂ ਤੇ ਇਹ ਪੇਦ ਪਾਵ ਹੋਣਾ ਵੀ ਨਹੀਂ ਚਾਹੀਦਾ ਹੂੰ ਸਹੀ ਗੱਲ ਆ ਹਾਂਜੀ ਅੱਛਾ ਨਿਮਰਤ ਜਿਵੇਂ ਆਪਾਂ ਗੱਲਬਾਤਾਂ ਕਰ ਰਹੇ ਸੀਗੇ ਕਦੇ ਕਿਸੇ ਨੇ ਇਸ ਲਾਈਨ ਨੂੰ ਲੈ ਕੇ ਨੈਗੇਟਿਵ ਕਰਨ ਦੀ ਕੋਸ਼ਿਸ਼ ਕੀਤੀ ਨੇਗੇਟਿਵ ਆਪਾਂ ਕਹੀ ਜੇ ਤਾਂ ਸੁਸਾਇਟੀ ਦੇ ਹਿਸਾਬ ਨਾਲ ਇਹ ਲਾਈਨ ਨੂੰ ਜਿਹੜੇ ਨੇ ਕਾਫੀ ਲੋਕ 네ਗੇਟਿਵ ਮੰਨਦੇ ਨੇ ਪਰ ਮੇਰੇ ਹਿਸਾਬ ਦੇ ਨਾਲ ਇਹ ਲਾਈਨ ਕਾਫੀ ਜ਼ਿਆਦਾ ਵਧੀਆ ਲਾਈਨ ਹੈ ਜਿੱਥੇ ਤੁਹਾਨੂੰ ਆਪਦੀ ਮਿਹਨਤ ਦੀ ਕਮਾਈ ਮਿਲੂਗੀ ਜੇ ਤੁਸੀਂ ਕੰਮ ਕਰੋਗੇ ਤਾਂ ਕੁਝ ਕਰ ਲਓਗੇ ਨਹੀਂ ਕਰੋਗੇ ਤਾਂ ਤੁਸੀਂ ਪਿੱਛੇ ਵੀ ਰਹਿ ਜਾਓਗੇ ਕਦੇ ਮਨ 'ਚ ਐਵੇਂ ਆਇਆ ਕਦੇ ਐਦਾਂ ਦੀ ਕੋਈ ਸਿਚੁਏਸ਼ਨ ਬਣੀ ਕਿ ਮਨ 'ਚ ਲੱਗਿਆ ਹੋਵੇ ਕਿ ਨਹੀਂ ਕਰਨਾ ਐਵੇਂ ਤਾਂ ਕਦੇ ਨਹੀਂ ਲੱਗਿਆ ਕਿਉਂਕਿ ਇਹ ਲਾਈਨ ਮੇਰੀ ਜ਼ਿੰਦਗੀ ਹੈ ਹੂੰ ਤੇ ਜਦੋਂ ਇਸ ਲਾਈਨ ਨਾਲ ਜੁੜੇ ਆ ਹਮੇਸ਼ਾ ਉੱਤੇ ਹੀ ਗਏ ਆ ਕਿਦੇ ਗਰਥ ਲੱਗਿਆ ਹੀ ਨਹੀਂ ਅੱਛਾ ਮਾਪੇ ਦੇ ਗੁਣ ਬੱਚਿਆਂ ਦੇ ਵਿੱਚ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਚ ਤੁਹਾਡੇ ਪਿਤਾ ਜੀ ਦਾ ਕਿਹੜਾ ਗੁਣਾ ਹੈ ਜਾਂ ਕਿਹੜੇ-ਕਿਹੜੇ ਗੁਣ ਨੇ ਦੇਖੋ ਜੀ ਮੇਰੇ ਮੰਮੀ ਦੇ ਵਿੱਚ ਕਹੇ ਚਾਏ ਤਾਂ ਉਹਨਾਂ ਦਾ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਉਹ ਗੁਣ ਹੈ ਤੇ ਵੰਡ ਕੇ ਖਾਣਾ ਪਾਪਾ ਦੇ ਵੱਲੋਂ ਦਿੱਤਾ ਗਿਆ ਗੁਣਾ ਐਵੇਂ ਦੇ ਕੁਝ ਹੋਰ ਵੀ ਗੁਣ ਨੇ ਜਿਵੇਂ ਦਾदू ਦਾ ਨਾਮ ਹੈ ਨਾਮ ਜਪਣਾ ਠੀਕ ਹੈ ਤਾਂ ਦਾਦੀ ਦੇ ਵੱਲੋਂ ਵੀ ਕਿ ਜਿੱਥੇ ਰਹਿਣਾ ਨਿੰਮਕੇ ਰਹਿਣਾ ਅੱਛਾ ਲਾਸਟ ਟਾਈਮ ਘਰਦੇ ਤੂੰ ਗਾਲਾਂ ਕਦੋਂ ਪਈਆਂ ਸੀ ਗਾਲਾਂ ਉਂਝ ਤਾਂ ਦੇਖੋ ਰੋਜ਼ ਹੀ ਪੈਂਦੀਆਂ ਰਹਦੀਆਂ ਕਿ ਕਦੇ ਕੁਛ ਕਰ ਦੀਦਾ ਕਦੇ ਕੁਛ ਕਰ ਦੀਦਾ ਹੁਣ ਪਿੱਛੇ ਲਾਸਟ ਕੁਝ ਟਾਈਮ ਪਹਿਲਾਂ ਦੀ ਗੱਲ ਕਰੀਏ ਫਿਰ ਵੀ ਗਾਲਾਂ ਨਹੀਂ ਕਿਡੀਆਂ ਹੂੰ ਉਹ ਅੰਗੇਲੀ ਮਿਰੀ ਸੀ ਮੈਂ ਕਦੇ ਲਗਾ ਲਉ ਟੂ ਵੀਲਰ ਨੂੰ ਕਦੇ ਖੜਾਇਆ ਵੀ ਨਹੀਂ ਕਰਿਆ ਤੇ ਹੱਥ ਕਦੇ ਪਾਇਆ ਵੀ ਨਹੀਂ ਉਹ ਬਾਏ ਚਾਂਸ ਹੱਥ ਪੈ ਗਿਆ ਫਿਰ ਮੇਰਾ ਥੋੜਾ ਐਕਸੀਡੈਂਟ ਹੋ ਗਿਆ ਸੀ ਅਗਲੇ ਦਿਨ ਸ਼ੂਟ ਵਗੈਰਾ ਵੀ ਸੀਗਾ ਤਾਂ ਆ ਸਾਰਾ ਮੱਥਾ ਮੇਰਾ ਫਿਰ ਆਖ ਸੁਝ ਗਈ ਸੀ ਫਿਰ ਆ ਮੇਰੀ ਬਾ ਫਿਰ ਮੇਰਾ ਘੋੜਾ ਤੇ ਆਪਣੇ ਚ ਜ਼ਿਆਦਾਤਰ ਹੁੰਦਾ ਨਾ ਕਿ ਕਹਿੰਦੇ ਮਾਤਾ ਬੜਾ ਗੁੱਸਾ ਕਰਦੇ ਨੇ ਬਾਪੂ ਤਾਂ ਕੰਪਰਮਾਈਜ਼ ਕਰ ਜਾਂਦਾ ਥੋੜਾ ਉਹ ਤਾਂ ਕੋ ਹੁਣ ਈਜ ਕੁਛ ਐਵੇਂ ਦੀ ਆਂਦੀ ਹੈ ਫਾਦਰ ਤੋ ਫਿਰ ਵੀ ਡਰ ਲੱਗਦਾ ਹੈ ਬਟ ਅੱਗੇ ਜਾ ਕੇ ਯਾਰੀ ਵੀ ਫਾਦਰ ਸਾਹਿਬ ਨਾਲ ਪੈਂਦੀ ਹੈ ਕਹਿੰਦੇ ਜੇ ਜੁੱਤੀਆਂ ਆਣ ਲੱਗ ਜAVE ਫਾਦਰ ਦੀ ਤਾਂ ਫਿਰ ਕਹਿੰਦੇ ਬਾਪ ਪੁੱਤ ਨਹੀਂ ਤੇ ਫਿਰ ਯਾਰ ਦੋਸਤ ਬਣ ਜਿੰਦੇ ਨੇ ਫਿਰ ਹੁਣ ਗੱਲਾਂ ਸ਼ੇਅਰ ਕਰ ਲੈਂਦੇ ਆ ਸਾਰੀਆਂ ਸਾਰੀ ਇਹ ਗੱਲਾਂ ਸ਼ੇਅਰ ਕਰਦੀ ਹੁਣ ਜਿੱਥੇ ਜਾਣਾ ਪਾਪਾ ਨਾਲ ਜਾਈਦਾ ਮਮਾ ਨਾਲ ਜਾਈਦਾ ਈਵਨ ਕੀ ਮਨ ਹੈ ਕਿ ਚਲੋ ਯਾਰ ਘਰੇ ਬੈਠੇ ਆ ਕਿ ਗੀੜੀ ਗੁੜੀ ਲਾ ਕੇ ਆਣੀ ਹੈ ਜਿਵੇਂ ਉਹ ਦੋਸਤ ਹੋਰ ਬੱਚੇ ਆਪਣੇ 11 ਯਾਰਾ ਦੋਸਤਾਂ ਨਾਲ ਜਾਂਦੇ ਹਾਂ ਮੈਂ ਆਪਣੇ ਮੰਮਾ ਪਾਪਾ ਨਾਲ ਜਾਂਦਾ ਤੁਸੀਂ ਗੇੜੀ ਲੈਣ ਵੀ ਆਪਣੇ ਮੰਮੀ ਪਾਪਾ ਨਾਲ ਜਾਂਦੇ ਹੋ ਹਾਂਜੀ ਹਾਂਜੀ ਇਕੱਠੇ ਜਾਈਦਾ ਜਿੱਥੇ ਚਾਹੀਦਾ ਹੂੰ ਮਤਲਬ ਸਾਡਾ ਪਰਿਵਾਰ ਦਾ ਐਵੇਂ ਜਦ ਤੱਕ ਆਪਾਂ ਇਕੱਠੇ ਆ ਨਾ ਸਾਡੇ ਸਟਾਰ ਬੜੇ ਚੰਗੇ ਨੇ ਜਿਹਦੇ ਜਿੰਨਾ ਮੈਨੂੰ ਲੱਗਦਾ ਹੂੰ ਹਾਂਜੀ ਤੇ ਹੁਣ ਯਾਰਾ ਦੋਸਤਾਂ ਦੇ ਨਾਲ ਕਿਉਂ ਨਹੀਂ ਜਾਣਾ ਪਸੰਦ ਨਹੀਂ ਕਰਦੇ ਜਾਂ ਵੈਸੇ ਇੱਕ ਫੈਮਿਲੀ ਦੇ ਨਾਲ ਬੋਂਡਿੰਗ ਐਵੇਂ ਦੀ ਕਿ ਉੱਥੇ ਚੱਲ ਜੀਦਾ ਇੱਕ ਤਾਂ ਦੇਖੋ ਸ਼ੁਰੂ ਤੋਂ ਫੈਮਿਲੀ ਦੇ ਨਾਲ ਬਾਉਂਡ ਮੇਰਾ ਕਾਫੀ ਜ਼ਿਆਦਾ ਵਧੀਆ ਲਗਾ ਲਓ ਬਣ ਚੁੱਕਿਆ ਹੈ ਉੰਜੇ ਹੋਰ ਤਾ ਕਦੇ ਖੇਡਣ ਵੀ ਘਾਟੀ ਜਾਈਦਾ ਬਾਹਰ ਤਾ ਜਿੰਨਾ ਖੈ ਪਰਿਵਾਰ ਦੇ ਨਾਲ ਖੁਸ਼ ਰਹੀਦਾ ਹਮ ਵਧੀਆ ਰਹਿੰਦਾ ਮਜ਼ਾ ਆਉਂਦਾ ਕਦੇ ਸ਼ੂਟ ਦੇ ਬਹਾਨੇ ਕਲਾਸ ਮਿਸ ਕੀਤੀ ਸ਼ੂਟ ਦੇ ਬਹਾਨੇ ਕਲਾਸ ਹੁਣ ਅੱਜ ਵੀ ਟਿਊਸ਼ਨ ਸੀਗੀ ਤਾ ਹੁਣ ਅੱਜ ਇੰਟਰਵਿਊ ਸੀਗਾ ਤਾ ਚਲੋ ਕੋਈ ਗੱਲ ਨਹੀਂ ਪਹਿਲਾ ਦਿਨ ਸੀਗਾ 10th ਦਾ ਨਹੀਂ ਬਹਾਨੇ ਦੀ ਗੱਲ ਕਰਦਾ ਨਾ ਸ਼ੂਟ ਨਾ ਹੋਵੇ ਪਰ ਕਲਾਸ ਮਿਸ ਕਰਨਾ ਸ਼ੂਟ ਨਾ ਹੋਵੇ ਪਰ ਕਲਾਸ ਮਿਸ ਕਰਨਾ ਨਹੀਂ ਕਦੇ ਵੀ ਨਹੀਂ ਕਦੇ ਕਦੇ ਕੀ ਪਤਾ ਹੋਇਆ ਹੋਵੇ ਬਠਾਲੇ ਤੱਕ ਤਾਂ ਨਹੀਂ ਹਮ अच्छा बापूजी नु लास्ट टाइम ਝੂਠ ਕੇ ਬੋਲੇ ਸੀ लास्ट टाइम ਝੂਠ 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 ਹਲੇ ਤੱਕ ਬੋਲਿਆ ਕੋਈ ਝੂਠ ਨਹੀਂ ਪਤਾ ਨਹੀਂ ਚਲੋ ਸਹੀ ਹੈ ਅੱਛਾ ਨਿਮਰਤ ਹੁਣ ਮੈਨੂੰ ਐਦਾਂ ਦੱਸੋ ਕਿ ਜਿਹੜੇ ਤੁਹਾਡੇ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪਿਆਰ ਕਰਨ ਵਾਲਿਆਂ ਨੂੰ ਆਹੀ ਮੈਸੇਜ ਦੂੰਗਾ ਕਿ ਅੱਜ ਤੁਹਾਡੇ ਸਪੋਰਟ ਕਰਕੇ ਲਗਾ ਲਓ ਜਿੱਥੇ ਵੀ ਆ ਸਿਰਫ ਤੁਹਾਡੇ ਸਪੋਰਟ ਤੇ ਤੁਹਾਡੇ ਪਿਆਰ ਕਰਕੇ ਆ ਬਸ ਇਹ ਪਿਆਰ ਨੂੰ ਬਰਕਰਾਰ ਰੱਖਿਓ ਤੁਹਾਡੇ ਵਾਸਤੇ ਕੁਛ ਨਾ ਕੁਛ ਵਧੀਆ ਹੀ ਲਿਆਵਾਂਗੇ ਆਪਣੀ ਲਗਾ ਲਓ ਮਿਹਨਤ ਦੇ ਨਾਲ ਕੁਛ ਚੰਗਾ ਸਬਜੈਕਟ ਕੁਛ ਚੰਗਾ ਪ੍ਰੋਜੈਕਟ ਜਾਣ ਤੋਂ ਪਹਿਲਾਂ ਤਿੰਨ ਗੱਲਾਂ ਜਿਹੜੀਆਂ ਮੈਂ ਕਹੀਆਂ ਸੀ ਕਿ ਮੈਂ ਮੈਸੇਜ ਦਿੱਤਾ ਸੀਗਾ ਉਹ ਇੱਕ ਵਾਰ ਕਹਿ ਕੇ ਜਾਊਂਗਾ ਆਪਣੇ ਮਦਰ ਫਾਦਰ ਦੀ ਰਿਸਪੈਕਟ ਕਰੋ ਸਵੇਰੇ ਉੱਸ ਦੇ ਪੈਰੀ ਹੱਥ ਲਾਓ ਦੂਜੀ ਚੀਜ਼ ਆਪਣੇ ਆਪ ਉੱਤੇ ਭਰੋਸਾ ਰੱਖੋ ਤੀਜੀ ਚੀਜ਼ ਲਗਾ ਲਓ ਤੁਸੀਂ ਜਿੱਥੇ ਵੀ ਜਾਣੇ ਹੋ ਮੰਦਿਰ ਜਾਣੇ ਹੋ ਮਸਜਿਦ ਜਾਣੇ ਹੋ ਗੁਰਦੁਆਰੇ ਜਾਣੇ ਹੋ ਬਸ ਉਹ ਸੁਪਰ ਪਾਵਰ ਤੇ ਇੰਨਾ ਧਰੋਸਾ ਹੋਣਾ ਚਾਹੀਦਾ ਹੈ ਨਾ ਕਿ ਭਾਵੇਂ ਮੈਂ ਜਿੱਥੇ ਮਰਜੀ ਆ ਭਾਵੇਂ ਮੈਂ ਖੂਚ ਵੀ ਡਿੱਗ ਜਾ ਜੇ ਮੇਰਾ ਭਰੋਸਾ ਹੈ ਨਾ ਮੈਨੂੰ ਮੇਰੇ ਰੱਬ ਨੇ ਆਪ ਹੀ ਕੱਢ ਲੈਣਾ ਉਸ ਸਿਚੁਏਸ਼ਨ ਦੇ ਵਿੱਚੋਂ ਇੰਨਾ ਧਰੋਸਾ ਹੋਣਾ ਚਾਹੀਦਾ ਤੁਸੀਂ ਭਾਵੇਂ ਡਾਕਟਰ ਬਣਨਾ ਚਾਹੁੰਦੇ ਹੋ ਭਾਵੇਂ ਸਪੋਰਟਸ ਦੀ ਲਾਈਨ ਦੇ ਵਿੱਚ ਜਾਣਾ ਚਾਹੁੰਦੇ ਹੋ ਭਾਵੇਂ ਐਕਟਰ 뮤జిਸ਼ੀਅਨ ਕੁਝ ਵੀ ਬਣਨਾ ਚਾਹੁੰਦੇ ਹੋ ਇਹ ਤਿੰਨ ਚੀਜ਼ਾਂ ਜੇ ਤੁਸੀਂ ਫੋਲੋ ਕਰ ਲਈਆਂ ਤਰੱਕੀ ਵੱਟ ਤੇ ਪਈ ਐ ਤੁਸੀਂ ਕੁਛ ਨਾ ਕੁਛ ਕਰ ਦਿਓਗੇ ਦੁਨੀਆ ਨੂੰ ਕੁਛ ਕਰਕੇ ਵਿਖਾ ਜਾਓਗੇ ਦੂਜੀ ਚੀਜ਼ ਜਿਹੜੀ ਮੈਂ ਕਹੂੰਗਾ ਨਸ਼ਿਆਂ ਤੋਂ ਬਚ ਕੇ ਰਹੋ ਆਪਣੇ ਆਪ ਮਿਲ ਲਗਾ ਲਓ ਵਾਇਗਰੂ ਜੀ ਨੇ ਤੁਹਾਨੂੰ ਸਰੂਪ ਬਖਸ਼ਿਆ ਤੁਹਾਨੂੰ ਰੂਪ ਬਖਸ਼ਿਆ ਤੁਹਾਡੇ ਕੋਲ ਹੱਥ ਹੈ ਹਰ ਚੀਜ਼ ਹੈ ਤੁਹਾਡੇ ਕੋਲ ਤੇ ਬਸ ਕਿ ਆਪਣੀ ਜਿਹੜੀ ਖੂਬੀ ਹੈ ਤੁਹਾਡੇ ਅੰਦਰ ਹੀ ਹੈ ਐਵੇਂ ਨਾ ਕੁਛ ਨਹੀਂ ਹੈ ਜਿਹੜਾ ਤੁਹਾਡੇ ਵਿੱਚ ਕੁਛ ਨਹੀਂ ਹੈ ਤੁਸੀਂ ਕਰਕੇ ਦਿਖਾ ਸਕਦੇ ਹੋ ਕੁਛ ਬਣ ਕੇ ਦਿਖਾ ਸਕਦੇ ਹੋ ਸੋਸਾਇਟੀ ਨੂੰ ਲੋਕਾਂ ਨੂੰ ਦੁਨੀਆ ਨੂੰ ਕੁਝ ਕਰਕੇ ਦਿਖਾਓ ਕੁਝ ਬਣ ਕੇ ਦਿਖਾਓ ਮੇਰਾ ਇੱਕ ਹੋਰ ਸਵਾਲ ਰਹਿ ਗਿਆ ਤੁਹਾਨੂੰ ਪੁੱਛਣ ਲਈ ਬਹੁਤ ਸਾਰੇ ਆਰਟਿਸਟ ਆਪਾਂ ਦੇਖਦੇ ਨੇ ਕਿ ਉਹ ਕਹਿੰਦੇ ਨੇ ਕਿ ਅਸੀਂ ਜੇਕਰ ਫਿਲਮ ਇੰਡਸਟਰੀ ਚ ਕਾਮਯਾਬ ਹੋਣਾ ਹੈ ਤਾਂ ਸਾਨੂੰ ਜਿਵੇਂ ਤੁਹਾਡਾ ਨਾਮ ਬੜਾ ਸੋਹਣਾ ਨਿਮਰਤ ਪ੍ਰਤਾਪ ਸਿੰਘ ਲੋਕਨ ਆਪਣਾ ਇੰਡਸਟਰੀ ਨੇਮ ਰੱਖ ਆਰਟਿਸਟ ਨੇਮ ਰੱਖ ਲੈਂਦੇ ਨੇ ਛੋਟਾ ਕਰ ਲੈਂਦੇ ਨੇ ਤੇ ਤੁਸੀਂ ਆਪਣਾ ਉਹੀ ਨਾਮ ਲੈ ਕੇ ਜਾ ਰਹੇ ਹੋ ਅੱਗੇ ਇਸ ਨਾਮ ਦੇ ਨਾਲ ਹੀ ਜਾਣਾ ਇਹ ਨਾਮ ਹੀ ਬੜਾ ਸੋਹਣਾ ਹੈ ਮੇਰਾ ਤੇ ਤੁਸੀਂ ਨੇ ਸੋਚਿਆ ਕਿ ਮੈਂ ਵੀ ਕੋਈ ਛੋਟਾ ਨਾਮ ਰੱਖ ਲਾਂ ਨਮਰਤ ਪ੍ਰਤਾਪ ਮੈਂ ਬਹੁਤ ਖੁਸ਼ ਹਾਂ ਜੀ ਆਪਣੇ ਨਾਮ ਤੋਂ ਠੀਕ ਹੈ ਤੇ ਅਗਲੀ ਚੀਜ਼ ਜਿਹੜੇ ਅੱਜਕੱਲ ਦੇ ਨੌਜਵਾਨ ਮਤਲਬ ਤੁਸੀਂ ਇੱਕ ਮੈਂ ਕਹਿੰਦਾ ਜਾਗਦੀ ਇੱਕ ਉਦਾਹਰਨ ਹੋ ਕਿ ਆਪਣੇ ਸਰੂਪ ਨੂੰ ਲੈ ਕੇ ਹੀ ਕਾਮਯਾਬ ਹੋਇਆ ਜਾ ਸਕਦਾ ਪਰ ਜਿਹੜੇ ਨੌਜਵਾਨ ਸੋਚਦੇ ਨੇ ਕਿ ਯਾਰ ਜੇ ਅਸੀਂ ਫਿਲਮ ਇੰਡਸਟਰੀ 'ਚ ਜਾਣਾ ਸਾਨੂੰ ਕੇਸ ਕਟਾਣੇ ਪੈਣਗੇ ਜਾਂ ਸਾਨੂੰ ਆਪਣਾ ਸਰੂਪ ਬਦਲਣਾ ਪਊਗਾ ਸਾਨੂੰ ਕੁਝ ਵੀ ਅਦਾ-ਅਦਾ ਕਰਨਾ ਪੈ ਸਕਦਾ ਮੈਨੂੰ ਲੱਗਦਾ ਉਹਨਾਂ ਲਈ ਵੀ ਇੱਕ ਤੁਸੀਂ ਵੱਡਾ ਮੈਸੇਜ ਹੂੰ ਮੈਂ ਤਾਂ ਬਸ ਐਵੇਂ ਲਈ ਕਹੂੰਗਾ ਐਵੇਂ ਦਾ ਕੁਝ ਨਹੀਂ ਹੈ ਕਿ ਤੁਸੀਂ ਵਾਲ ਕਟਾ ਕੇ ਉਸ ਤੋਂ ਬਾਅਦ ਜੈਲ ਲਾ ਕੇ ਵਾਲ ਖੜੇ ਕਰ ਲਓਗੇ ਤੁਸੀਂ ਸਟਾਰ ਲੱਗੋਗੇ ਜਿਹਨੇ ਸਟਾਰ ਬਣਨਾ ਹੁੰਦਾ ਨਾ ਉਹ ਖੂਬੀ ਉਹਦੇ ਅੰਦਰ ਹੁੰਦੀ ਹੈ ਕੁਝ ਐਕਟਰਸ ਦੇ ਬਾਰੇ ਗੱਲ ਕੀ ਨਵਾਜ਼ੁਦੀਨ ਸਰੀਕ ਕੀ ਸਾਹ ਮੈਂ ਤੇ ਬਹੁਤ ਐਕਟਰਸ ਨੇ ਬਟ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਨਾ ਪੱਗ ਵਾਲਾ ਮੁੰਡਾ ਬਹੁਤ ਜੱੱਚਦਾ ਹੈ ਤੇ ਹਰ ਬੰਦੇ ਨੂੰ ਭਾਵੇਂ ਤੁਸੀਂ ਆਸ-ਪਾਸ ਵੀ ਦੇਖ ਲਓ ਜਦ ਤੁਸੀਂ ਪੱਗ ਬੰਨੀ ਹੁੰਦੀ ਹੈ ਨਾ ਤਾਂ ਸਾਰਿਆਂ ਨੂੰ ਰਹਿੰਦਾ ਕਿ ਹਾਂ ਆਪਾਂ ਸੇਫ ਆ ਨਾਲ ਸਰਦਾਰ ਬੰਦਾ ਖੜਾ ਤਾਂ ਹਮੇਸ਼ਾ ਐਵੇਂ ਹੀ ਹੈ ਕਿ ਜੇ ਤੁਸੀਂ ਪੱਗ ਜੇ ਤੁਸੀਂ ਕੁਝ ਬਣਨਾ ਚਾਹੁੰਦੇ ਹੋ ਜੇ ਤੁਹਾਡੇ ਅੰਦਰ ਟੈਲੈਂਟ ਹੈ ਤਾਂ ਤੁਸੀਂ ਕਿਤੇ ਵੀ ਜਾ ਸਕਦੇ ਹੋ ਕੁਝ ਵੀ ਕਰਕੇ ਦਿਖਾ ਸਕਦੇ ਹੋ ਕੁਝ ਵੀ ਬਣ ਸਕਦੇ ਹੋ ਐਵੇਂ ਦਾ ਕੁਝ ਨਹੀਂ ਹੈ ਤੇ ਜੇ ਐਗਜ਼ਾਮਪਲ ਲਈਏ ਤਾਂ ਸਿੱਧੂ ਮੂਸੇ ਵਾਲਾ ਬਾਈ ਦਿਲਜੀਤ ਦੁਸਾਂਜ ਬਾਈ ਬਹੁਤ ਵੱਡੇ ਵੱਡੇ ਐਗਜ਼ਾਮਪਲਸ ਨੇ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਜਿਹੜੇ ਬਹੁਤ ਜ਼ਿਆਦਾ ਲਗਾ ਲਓ ਇੱਕ ਉੱਚੇ ਸਟੇਜ ਤੇ ਪਹੁੰਚ ਚੁੱਕੇ ਨੇ ਤੇ ਪੱਗ ਦੇ ਨਾਲ ਹੀ ਗਏ ਆ ਤੇ ਪੱਗ ਵਾਲਾ ਮੁੰਡਾ ਸੱਚੀ ਜੱਚਦਾ ਹੈ ਤੁਸੀਂ ਬਹੁਤ ਸੋਹਣੇ ਹੋ ਤੁਸੀਂ ਲੋਕਾਂ ਤੋਂ ਅਲੱਗ ਹੋ ਤੁਸੀਂ ਹੋਰ ਦੁਨੀਆ ਤੋਂ ਬਹੁਤ ਅਲੱਗ ਹੋ ਜਦ ਤੁਸੀਂ ਪੱਗ ਬੰਨੀ ਹੁੰਦੀ ਹੈ ਨਾ ਇਹ ਲੱਗਦਾ ਕਿ ਜੀ ਸ਼ੇਰ ਆਪਾਂ ਬਿਲਕੁਲ ਰਾਜੇ ਲੱਗਦੇ ਆ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੀ ਇੰਡਸਟਰੀ ਦਾ ਆਉਣ ਵਾਲਾ ਸੁਪਰਸਟਾਰ ਮੌਜੂਦ ਸੀ ਨਿਮਰਤ ਪ੍ਰਤਾਪ ਸਿੰਘ ਤਮਨ ਨੂੰ ਲੱਗਦਾ ਇਹ ਉਹ ਚੜਦਾ ਸੂਰਜ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰੋਸ਼ਨੀ ਦੇ ਨਾਲ ਸਾਡੇ ਪੰਜਾਬ ਨੂੰ ਮਹਿਕਾਵੇਗਾ ਤਾਂ ਉਮੀਦ ਹੈ ਇਸ ਨੌਜਵਾਨ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤਾਂ ਹੋਰ ਵੀ ਐਦਾਂ ਦੇ ਜਿਹੜੇ ਸ਼ੋਅ ਨੇ ਉਹ ਤੁਹਾਡੇ ਅੱਗੇ ਲੈ ਕੇ ਪੇਸ਼ ਹੁੰਦੇ ਰਵਾਂਗੇ ਤਾਂ ਦਿਓ ਇਜਾਜ਼ਤ ਦੇਖਦੇ ਰਹੋ ਲੀਵੋ